ਕੀ ਤੁਸੀਂ ਸਾਰੀਆਂ ਧਿਰਾਂ ਨੂੰ ਐਗਜ਼ਾਮਿਨ ਕੀਤਾ ਸਰ? 2500 ਪੇजेस ਦੀ ਐਵੀਡੈਂਸ ਰਿਕਾਰਡ ਕੀਤੀ ਹੋਈ ਹੈ ਮੇਰੇ ਔਰ 550 ਦੇ ਕਰੀਬ ਵਿਟਨੈਸਿਸ ਰਿਕਾਰਡ ਕੀਤੇ ਸੀ ਮੈਂ ਸਾਰੇ। ਬੈਬਲ ਕਲਾ ਗੋਲੀਕਾਂਡ ਦੀ ਸੁਣਵਾਈ ਵੀ ਅਗਲੇ ਕੁਝ ਦਿਨਾਂ ਵਿੱਚ ਹੈ, ਤੁਹਾਨੂੰ ਲੱਗਦਾ ਕਿ ਇਸ ਫੈਸਲੇ ਦਾ ਅਸਰ ਉਸ ਤੇ ਵੀ ਪਵੇਗਾ? ਜੇ ਉਹਨਾਂ ਨੇ ਕੋਈ ਕਵਰ ਵਿਜੇ ਪ੍ਰਤਾਪ ਦੇ ਖਿਲਾਫ ਕੋਈ ਇਹੋ ਜਿਹੀ ਗੱਲ ਕਹੀ ਹੈ ਕਿ ਹੈ ਤੇ ਫਿਰ ਹੋ ਸਕਦਾ ਕੋਈ ਇਹਦਾ ਅਸਰ ਹੋ ਜਾਵੇ ਉਸ ਗੱਲ ਤੇ ਵੀ ਪੈ। ਰਾਮ ਰਹੀ ਜਿਹੜਾ ਇਸ ਵਕਤ ਜੇਲ੍ਹ ਵਿੱਚ ਹੈ, ਤੁਹਾਡੀ ਫਾਈਂਡਿੰਗ ਵਿੱਚ ਕੀ ਉਹ ਵੀ ਦੋਸ਼ੀ ਹੈ? ਸਮਝਦਾ ਹੈ ਕਿ ਗਲਤੀ ਜਿਹੜੀ ਸੀ ਇਹ ਆਰਗੇਨਾਈਜ਼ਡ ਤਰੀਕੇ ਨਾਲ ਕਰਾਈ ਗਈ ਸੀ ਔਰ ਜਿਹੜੇ ਸੱਚੇ ਸੌਦੇ ਤੋਂ ਹੋਈ ਸੀ। ਤੁਹਾਡੇ ਤੇ ਇਲਜ਼ਾਮ ਇੰਨੇ ਕਿਉਂ ਲੱਗਦੇ ਰਹੇ ਰਣਜੀਤ ਸਿੰਘ ਜੀ? ਕਿਆ ਚੀਫ ਮਿਨਿਸਟਰ ਬਾਦਲ ਆ ਕੇ ਕਵੇ ਕਿ ਮੈਂ ਰਾਤ ਨੂੰ ਨਹੀਂ ਗੱਲ ਕੀਤੀ, ਮੇਰੇ ਕੋਲ ਆ ਕੇ ਦੱਸਦਾ ਡੀਜੀਪੀ ਨੇ ਕਿਹਾ ਮੈਨੂੰ ਰਾਤ ਨੂੰ 2 ਵਜੇ ਗੱਲ ਹੋਈ, ਡਿਪਟੀ ਕਮਿਸ਼ਨਰ ਨੇ ਮੇਰੇ ਨਾਲ ਐਵੀਡੈਂਸ ਦਿੱਤੀ ਹੈ, ਉਹਨੇ ਕਿਹਾ ਡੀਜੀਪੀ ਨਾਲ ਮੇਰੀ ਗੱਲ ਹੋਈ, ਹਿੰਦੀ ਜੀ ਚਿੱਠੀ ਸੀ ਪੰਜਾਬੀ 'ਚ ਕਿੱਥੋਂ ਆਈ, ਕਾਲ ਤੱਕ ਜਦ ਇਹ ਕਹਿਣਗਾ ਕਾਲ ਤੱਕ ਜਦ ਨੂੰ ਅਸੀਂ ਨਹੀਂ ਬੁਲਾਇਆ। ਇਸ ਇਨਕੁਆਇਰੀ ਕਰਨ ਦਾ ਕਦੇ ਰਣਜੀਤ ਸਿੰਘ ਹਰਨ ਅਫਸੋਸ ਰਹੂਗਾ ਜਾਂ ਸੰਤੁਸ਼ਟੀ ਰਹੂਗੀ, ਕੀ ਰਹੂਗਾ ਤੁਹਾਨੂੰ? ਆਈ ਹੈਵ ਡਨ ਮਾਈ ਡਿਊਟੀ ਅਕੋਰਡਿੰਗ ਟੂ ਮਾਈ ਕਨਸ਼ੀਅੰਸ। 129 ਨੰਬਰ FIR, 130 ਨੰਬਰ FIR, ਉਸ ਤੋਂ ਬਾਅਦ 192 ਨੰਬਰ FIR ਦੀ ਜ਼ਰੂਰਤ ਸੀ। ਪੁਲਿਸ ਨੇ ਜਿਹੜੀ FIR ਕੀਤੀ ਸੀ ਉਹ ਪਬਲਿਕ ਤੇ ਕੀਤੀ ਸੀ। ਜਸਟਿਸ ਰਣਜੀਤ ਸਿੰਘ ਨੂੰ ਕਦੇ ਮੌਕਾ ਮਿਲਦਾ ਸਿਆਸਤ ਦੇ ਵਿੱਚ ਐਂਟਰੀ ਕਰਨ ਦਾ, ਜਸਟਿਸ ਰਣਜੀਤ ਸਿੰਘ ਤਿਆਰ ਹੈ? ਬਿਲਕੁਲ ਨਹੀਂ। ਜਸਟਿਸ ਵੀ ਦੇਖ ਰਹੇ ਤੁਸੀਂ, ਮੈਂ KP ਸਿੰਘ ਵਿਊ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ। ਪੰਜਾਬ ਦੀ ਸੱਤਾ ਦੇ ਵਿੱਚ 6 ਸਾਲ ਪਹਿਲਾਂ ਬੇਅਦਬੀ ਕਾਂਡ ਤੋਂ ਬਾਅਦ ਸੱਤਾ ਤਬਦੀਲੀ ਹੋਈ। 2017 ਵਿੱਚ ਇਹ ਸੱਤਾ ਬਦਲ ਜਾਂਦੀ ਹੈ ਅਤੇ ਉਸ ਬਦਲਦੀ ਹੋਈ ਸੱਤਾ ਦੇ ਵਿਚਾਲੇ ਕਮਿਸ਼ਨ ਬਣਦੇ ਹੈ। ਇੱਕ ਕਮਿਸ਼ਨ ਪਹਿਲਾਂ ਬਣਦਾ, ਜਸਟਿਸ ਜੋਰਾ ਸਿੰਘ ਕਮਿਸ਼ਨ, ਜਸਟਿਸ ਰਣਜੀਤ ਸਿੰਘ ਕਮਿਸ਼ਨ, ਇਸ ਤੋਂ ਇਲਾਵਾ ਲੋਕ ਕਮਿਸ਼ਨ ਹੈ ਜਿਹੜਾ ਪੀਪਲਸ ਕਮਿਸ਼ਨ ਹੈ, ਉਹ ਵੀ ਆਪਦੇ ਪੱਧਰ 'ਤੇ ਕਾਰਵਾਈ ਕਰਦਾ ਹੈ। SIT ਤੱਕ ਬਣਦੀ ਹੈ, ਉਸ ਤੋਂ ਬਾਅਦ ਸਿਆਸਤ ਵੀ ਬੜੀ ਭਖਦੀ ਹੈ। ਵਿਧਾਨ ਸਭਾ ਦੇ ਵਿੱਚ ਰਿਪੋਰਟਾਂ ਪੇਸ਼ ਕੀਤੀਆਂ ਜਾਂਦੀਆਂ, ਇਹ ਸਿਆਸੀ ਲੜਾਈ ਇੰਨੀ ਭਖਦੀ ਹੈ, ਇੰਨੀ ਮਗਦੀ ਹੈ, ਇਸ 'ਤੇ ਬਿਆਨਬਾਜ਼ੀਆਂ ਹੁਣ ਫਿਰ ਤੇਜ਼ ਹੋ ਗਈਆਂ ਕਿ ਸਰਕਾਰ ਜਾਣ ਵਾਲੀ ਹੈ ਆਖਰੀ ਸਾਲ ਦੇ ਵਿੱਚ ਹੈ, ਮਾਮਲੇ ਦਾ ਹੱਲ ਕਿਉਂ ਨਹੀਂ ਹੋਇਆ? ਬਿਆਨਬਾਜ਼ੀਆਂ ਤੇਜ਼ ਹੋ ਰਹੀਆਂ, ਇਸੇ ਬਿਆਨਬਾਜ਼ੀਆਂ 'ਤੇ ਸਵਾਲ ਖੜ੍ਹੇ ਹੋ ਰਹੇ ਆ। ਸਾਰੇ ਕੋਈ ਸਿਆਸੀ ਲਾਹਾ ਲੈਣਾ ਚਾਹੁੰਦਾ ਹੈ, ਪਰ ਜਿਹੜੇ ਪੀੜਿਤ ਪਰਿਵਾਰ ਹੈ, ਜਿਹੜੀ ਸੰਗਤ ਹੈ, ਉਹ ਫੈਸਲਾ ਦੇਖਣਾ ਚਾਹੁੰਦੀ ਹੈ। ਅਸੀਂ ਇੱਕੋ ਸਵਾਲ ਪੁੱਛਾਂਗੇ, ਖਾਸ ਮਹਿਮਾਨ ਸਾਡੇ ਮੌਜੂਦ ਹੋਣਗੇ, ਉਹਨਾਂ ਤੋਂ ਇਹ ਸਵਾਲ ਪੁੱਛਾਂਗੇ, ਬੇਅਦਬੀ ਅਤੇ ਬਿਆਨਬਾਜ਼ੀਆਂ ਤੋਂ ਅੱਗੇ ਕੀ ਹੈ? ਇਸ ਵਕਤ ਬਹੁਤ ਹੀ ਖਾਸ ਮਹਿਮਾਨ ਸਾਡੇ ਨਾਲ ਮੌਜੂਦ ਹੈ, ਜਿਹੜੇ ਕਮਿਸ਼ਨ ਆਫ ਇਨਕੁਆਇਰੀ ਦੀ ਅਗਵਾਈ ਕੀਤੀ, ਜਿਨ੍ਹਾਂ ਨੇ ਇਸ ਜਾਂਚ ਰਿਪੋਰਟ ਨੂੰ ਅੱਗੇ ਰੱਖਿਆ। ਪਹਿਲਾ ਹਿੱਸਾ ਜਿਹੜਾ 192 ਪੰਨਿਆਂ ਦਾ, ਉਹ ਵਿਧਾਨ ਸਭਾ ਵਿੱਚ ਰੱਖਿਆ ਗਿਆ, ਉਹ 'ਤੇ ਬਹਿਸ ਹੋਈ। ਜਸਟਿਸ ਰਣਜੀਤ ਸਿੰਘ, ਜੀ ਸਰ ਬਹੁਤ ਸਵਾਗਤ ਹੈ ਸਰ ਤੁਹਾਡਾ। ਮਿਹਰਬਾਨੀ ਜੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜਸਟਿਸ ਰਣਜੀਤ ਸਿੰਘ ਹਰਾਂ ਬਾਰੇ ਬਹੁਤ ਸਾਰੀ ਡਿਟੇਲ ਦਿੱਤੀ ਜਾ ਸਕਦੀ ਹੈ, ਪਰ ਮੈਨੂੰ ਲੱਗਦਾ ਕਿ ਜਿਹੜੀ ਡਿਟੇਲ ਉਹਨਾਂ ਨੇ ਸਾਡੇ ਅੱਗੇ ਰੱਖੀ, ਉਸ 'ਤੇ ਚਰਚਾ ਕਰ ਲਈਏ ਤਾਂ ਜ਼ਿਆਦਾ ਬਿਹਤਰ। ਜਸਟਿਸ ਰਣਜੀਤ ਸਿੰਘ ਜੀ, ਸਰ ਤੁਸੀਂ ਉਸ ਰਿਪੋਰਟ ਵਿੱਚ ਕੀ ਇਨਵੈਸਟੀਗੇਟ ਕੀਤਾ ਸੀਗਾ, ਕੀ ਲੱਭਿਆ ਸੀ ਤੁਹਾਨੂੰ ਉਸ ਰਿਪੋਰਟ ਵਿੱਚ ਸਰ, ਜਿਹੜੀ ਤੁਸੀਂ ਸਾਰੀ ਇਨਵੈਸਟੀਗੇਸ਼ਨ ਕੀਤੀ ਹੈ ਸਰ, ਜਿਹੜੀ ਇਨਕੁਆਇਰੀ ਕੀਤੀ ਹੈ? ਦੇਖੋ ਜੀ, ਮੇਰੀ ਟਰਮਸ ਆਫ ਰੈਫਰੈਂਸ ਵਿੱਚ ਦੋ ਗੱਲਾਂ ਸੀ। ਇੱਕ ਤਾਂ ਇਹ ਸੀ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਹੋਈਆਂ, ਜਿੰਨੀਆਂ ਵੀ ਉਹ ਬੇਅਦਬੀਆਂ ਹੋਈਆਂ ਸੀ, ਬਹੁਤ ਸਾਰੀਆਂ ਘਟਨਾਵਾਂ ਸੀ, ਕੋਈ 160 ਦੇ ਕਰੀਬ, ਉਹਨਾਂ ਨੂੰ ਜਾਂਚ ਕਰਨਾ ਤੇ ਪਤਾ ਕਰਨਾ ਵੀ ਕੌਣ ਜ਼ਿੰਮੇਵਾਰ ਹੈ ਉਹਦਾ। ਤੇ ਨਾਲ ਮੇਰੀ ਟਰਮਸ ਆਫ ਰੈਫਰੈਂਸ 'ਚ ਇਹ ਸੀ ਕਿ ਫਰੀਦਕੋਟ ਦੇ ਵਿੱਚ, ਆਪਣਾ ਕੋਟਕਪੂਰੇ ਵਿੱਚ, ਫਰੀਦਕੋਟ ਡਿਸਟ੍ਰਿਕਟ 'ਚ, ਅਤੇ ਬਹਿਬਲ ਕਲਾਂ ਜਿਹੜੇ ਜੋ ਗੋਲੀ ਚੱਲੀ ਜਾਂ ਬਰਗਾੜੀ ਦੇ ਵਿੱਚ ਜੋ ਬੇਅਦਬੀ ਹੋਈ ਸੀ, ਉਹਨਾਂ ਦੇ ਜ਼ਿੰਮੇਵਾਰ ਦੋਸ਼ੀਆਂ ਨੂੰ ਆਪਣਾ ਪਤਾ ਕਰਨਾ ਵੀ ਕੌਣ ਜ਼ਿੰਮੇਵਾਰ ਸੀ ਇਹਨਾਂ ਘਟਨਾਵਾਂ ਦਾ, ਇਹ ਮੇਰੀ ਟਰਮਸ ਆਫ ਰੈਫਰੈਂਸ ਸੀਗੀਆਂ। ਬਾਕੀ ਪੰਜਾਬ ਦੇ ਵਿੱਚ ਕੋਈ 160 ਦੇ ਕਰੀਬ ਸਾਰੀ ਬੇਅਦਬੀ ਦੀਆਂ ਘਟਨਾਵਾਂ ਸੀਗੀਆਂ, ਉਹ ਵੀ ਮੈਨੂੰ ਇਨਵੈਸਟੀਗੇਟ ਕਰਨ ਵਾਸਤੇ ਜਾਂ ਇਨਕੁਆਇਰੀ ਕਰਨ ਵਾਸਤੇ ਕਿਹਾ ਗਿਆ ਸੀ, ਜਿਹੜਾ ਮੈਂ ਸਾਰੀਆਂ ਉਹਨਾਂ ਨੂੰ ਜਾਂਚ ਕੀਤੀ ਉਹਨਾਂ ਸਭ ਦੀ ਜੀ। ਰਣਜੀਤ ਸਿੰਘ, ਜਿਹੜੀ ਗੱਲ ਤੁਸੀਂ ਕਹੀ ਹੈ, 160-62 ਦੇ ਨੇੜੇ ਮਾਮਲੇ ਸੀਗੇ, ਵਿੱਚ 90 ਦੇ ਨੇੜੇ ਤੇੜੇ ਤੁਸੀਂ ਫੇਕ ਵੀ ਉਹਨਾਂ ਮਾਮਲਿਆਂ ਨੂੰ ਦੱਸਦੇ ਹੋ ਕਿ ਕਈ ਕੁਝ ਫੇਕ ਚੀਜ਼ਾਂ ਵੀ ਸਾਹਮਣੇ ਰੱਖੀਆਂ ਗਈਆਂ ਸੀ, ਪਰ ਸਵਾਲ ਇਹ ਹੈ ਸਰ, ਜਿਹੜਾ ਇਹ ਬਰਗਾੜੀ ਵਾਲਾ ਮਾਮਲਾ ਸਾਰਾ, ਬਹਿਬਲ ਕਲਾ ਅਤੇ ਬੁਰਜਵਾਰ ਸਿੰਘ ਵਾਲਾ ਤੋਂ ਸਾਰਾ ਜਿਹੜਾ ਮਾਮਲਾ ਸ਼ੁਰੂ ਹੁੰਦਾ ਕੋਟਪੁਰਾ ਗੋਲੀਕਾਂਡ ਤੱਕ, ਤੁਸੀਂ ਸਰ ਜਿਹੜੀ ਕੈਜੁਅਲਟੀ ਹੋਈ ਹੈ ਸਾਰੀ ਇਸ ਪੂਰੇ ਮਾਮਲੇ ਦੇ ਵਿੱਚ, ਕੀ ਤੁਸੀਂ ਸਾਰੀਆਂ ਧਿਰਾਂ ਨੂੰ ਐਗਜ਼ਾਮਿਨ ਕੀਤਾ ਸਰ? ਬਿਲਕੁਲ ਕੀਤਾ ਜੀ, ਸਾਰੀਆਂ ਧਿਰਾਂ ਨੂੰ ਐਗਜ਼ਾਮਿਨ ਕੀਤਾ, ਸਭ ਨੂੰ ਜਿੰਨੇ ਵੀ ਰੈਲੇਵੈਂਟ ਵਿਟਨੈਸਿਸ ਸੀ, ਚਾਹੇ ਉਹ ਪੁਲਿਸ ਦੇ ਸੀ, ਚਾਹੇ ਉਹ ਪਬਲਿਕ ਦੇ ਸੀ, ਚਾਹੇ ਉਹ ਧਰਨੇ ਵਿੱਚ ਸੀਗੇ ਬੈਠੇ ਜਿਹੜੇ ਇੰਜਰਡ ਹੋਏ, ਸਭ ਨੂੰ ਐਗਜ਼ਾਮਿਨ ਕੀਤਾ। ਕੋਈ ਟੋਟਲ ਐਵੀਡੈਂਸ ਜਿਹੜੀ ਮੈਂ ਰਿਕਾਰਡ ਕੀਤੀ ਹੈ ਉਹ ਆਲਮੋਸਟ 2500 ਪੇजेस ਦੀ ਐਵੀਡੈਂਸ ਰਿਕਾਰਡ ਕੀਤੀ ਹੋਈ ਹੈ ਮੇਰੇ ਕੋਲ ਜੀ।
ਔਰ 550 ਦੇ ਕਰੀਬ ਵਿਟਨੈਸਿਸ ਰਿਕਾਰਡ ਕੀਤੇ ਸੀ ਮੈਂ ਸਾਰੇ ਇਸ ਮਾਮਲੇ ਦੇ ਵਿੱਚ ਤੋ ਹਰ ਇੱਕ ਬੰਦੇ ਨੂੰ ਮੌਕਾ ਦਿੱਤਾ ਗਿਆ ਕਈ ਸੀ ਜਿਨ੍ਹਾਂ ਨੇ ਕੋਆਪਰੇਟ ਨਹੀਂ ਕੀਤਾ ਜਿਸ ਤਰ੍ਹਾਂ ਕਿ ਪੋਲੀਟੀਕਲ ਲੀਡਰਸ ਜਿੰਨੇ ਵੀ ਸੀ ਉਹਨਾਂ ਨੇ ਕੋਆਪਰੇਟ ਨਹੀਂ ਕੀਤਾ ਉਹ ਆਏ ਨਹੀਂ ਮੇਰੇ ਕੋਲ ਪੇਸ਼ ਨਹੀਂ ਹੋਏ ਤੇ ਉਹਨਾਂ ਨੇ ਚਿੱਠੀਆਂ ਲਿਖੀਆਂ ਕਿ ਜੀ ਅਸੀਂ ਕਮਿਸ਼ਨ ਨੂੰ ਬਾਈਕਆਊਟ ਕਰਦੇ ਹਾਂ ਅਸੀਂ ਨਹੀਂ ਆ ਰਹੇ ਔਰ ਮੈਂ ਉਹਨਾਂ ਨੂੰ ਫਿਰ ਜਵਾਬ ਵਿੱਚ ਇਹ ਵੀ ਲਿਖਿਆ ਸੀਗਾ ਕਿ ਜੇ ਤੁਸੀਂ ਨਹੀਂ ਆਓਗੇ ਤੇ ਮੈਂ ਇੱਕ ਐਵੀਡੈਂਸ ਐਕਟ ਦਾ ਪ੍ਰੋਵੀਜ਼ਨ ਹੈਗਾ ਹੈ ਕਿ ਜੇ ਕੋਈ ਆ ਕੇ ਤੁਹਾਨੂੰ ਆਪਣਾ ਪੱਖ ਨਹੀਂ ਰੱਖਦਾ ਤੇ ਉਹ ਅਧਿਕਾਰ ਹੁੰਦਾ ਹੈ ਕਿਸੇ ਵੀ ਇਨਕੁਆਇਰੀ ਕਮਿਸ਼ਨ ਜਾਂ ਅਦਾਲਤ ਨੂੰ ਕਿ ਉਹ ਐਡਵਰਸ ਇਨਫਲੂਐਂਸ ਡਰਾ ਕਰਕੇ ਉਹ ਕੰਕਲੂਡ ਕਰ ਸਕੇ ਕਿ ਕਿਉਂ ਨਹੀਂ ਆਇਆ ਔਰ ਉਹਦਾ ਕੀ ਕਾਰਨ ਸੀ ਜਿਹੜਾ ਨਹੀਂ ਆਇਆ ਤੇ ਮੈਂ ਅਕੋਰਡਿੰਗਲੀ ਸਾਰਾ ਉਹਨਾਂ ਨੂੰ ਦੱਸਿਆ ਸੀ ਔਰ ਜਿਹੜੇ ਨਹੀਂ ਆਏ ਸੀ ਜਿਨ੍ਹਾਂ ਨੇ ਕੋਈ ਜਵਾਬ ਨਹੀਂ ਸੀ ਦਿੱਤਾ ਆਪਣੇ ਪੱਖ ਨਹੀਂ ਸੀ ਰੱਖਿਆ ਉਸ ਹਿਸਾਬ ਨਾਲ ਕਾਨੂੰਨ ਦੇ ਮੁਤਾਬਿਕ ਜੋ ਮੇਰਾ ਇਨਫਰੈਂਸ ਬਣਦਾ ਸੀ ਜੋ ਮੇਰਾ ਫਾਈਂਡਿੰਗ ਬਣਦੀਆਂ ਸੀ ਉਹ ਮੈਂ ਆਪਣੇ ਇਨਕੁਆਇਰੀ ਰਿਪੋਰਟ ਵਿੱਚ ਦਰਜ ਕਰ ਦਿੱਤੀਆਂ ਸੀ। ਰਣਜੀਤ ਸਿੰਘ ਜੀ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਸਿਆਸੀ ਲੀਡਰਾਂ ਨੂੰ ਬੁਲਾਇਆ ਗਿਆ ਸੀ ਉਹ ਨਹੀਂ ਪੇਸ਼ ਹੋਏ, ਪਰ ਕੁਝ ਸਿਆਸੀ ਲੀਡਰਾਂ ਨੇ ਤੁਹਾਡੇ ਕਮਿਸ਼ਨ ਦੇ ਖਿਲਾਫ਼ ਬੋਲਿਆ ਸੀਗਾ, ਕਮਿਸ਼ਨ ਆਫ ਇਨਕੁਆਇਰੀ ਦੇ ਖਿਲਾਫ਼। ਤੁਸੀਂ ਉਸ ਮਾਮਲੇ 'ਚ ਹਾਈਕੋਰਟ ਤੱਕ ਵੀ ਜਾਂਦੇ ਹੋ, ਉਸ ਤੋਂ ਬਾਅਦ ਵੀ ਮਾਮਲਾ ਅੱਗੇ ਵੱਧਦਾ ਹੈ। ਉਹ ਮੇਰੀ ਹਾਈਕੋਰਟ ਨੇ ਟੈਕਨੀਕਲ ਗਰਾਊਂਡ 'ਤੇ ਉਹਨੂੰ ਡਿਸਮਿਸ ਕਰ ਦਿੱਤਾ। ਇਹ ਕਿਹਾ ਕਿ ਮੈਂ ਜਦੋਂ ਕੰਪਲੇਂਟ ਫਾਈਲ ਕੀਤੀ ਹੈ ਮੈਂ ਉਸ ਵੇਲੇ ਕਮਿਸ਼ਨ ਆਫ ਇਨਕੁਆਇਰੀ ਦਾ ਹੈੱਡ ਨਹੀਂ ਸੀ, ਮੇਰੀ ਕਮਿਸ਼ਨ ਇਨਕੁਆਇਰੀ ਖਤਮ ਹੋ ਚੁੱਕਿਆ ਸੀ। ਪਰ ਮੇਰੇ ਵਿਚਾਰ ਨਾਲ ਉਹ ਫੈਸਲਾ ਜਿਹੜਾ ਸਹੀ ਨਹੀਂ ਹੈ, ਕਿਉਂਕਿ 6 ਮਹੀਨੇ ਲਿਮਿਟੇਸ਼ਨ ਹੈ ਜਦੋਂ ਕੋਈ ਇੱਕ ਅਫੈਂਸ ਹੋ ਜਾਂਦੀ, ਜਿਹੜਾ ਕੋਈ ਬੰਦਾ ਸ਼ਬਦਾਵਲੀ ਗਲਤ ਸ਼ਬਦਾਵਲੀ ਇਸਤੇਮਾਲ ਕਰਦਾ ਹੈ ਤੇ ਕਮਿਸ਼ਨ ਨੂੰ 6 ਮਹੀਨੇ ਦਾ ਟਾਈਮ ਹੈ ਕਿ 6 ਮਹੀਨੇ ਦੇ ਵਿੱਚ ਉਹ ਕੰਪਲੇਂਟ ਫਾਈਲ ਕਰ ਸਕਦੇ ਤੇ ਮੈਂ 6 ਮਹੀਨੇ ਦੇ ਵਿੱਚ ਉਹ ਕੰਪਲੇਂਟ ਫਾਈਲ ਕੀਤੀ ਸੀ। ਤੁਸੀਂ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਜ਼ਿਕਰ ਕੀਤਾ ਸੀਗਾ ਰਣਜੀਤ ਸਿੰਘ ਜੀ, ਜਿੱਥੇ ਤੱਕ ਸਾਨੂੰ ਯਾਦ ਹੈ। ਸੁਖਬੀਰ ਸਿੰਘ ਬਾਦਲ ਦਾ ਤੁਸੀਂ ਜ਼ਿਕਰ ਕਿੱਥੇ ਕੀਤਾ ਆਪਦੀ ਰਿਪੋਰਟ ਵਿੱਚ, ਜਿਹੜਾ ਜਿਹੜਾ ਉਹਨਾਂ ਨੇ ਤੁਸੀਂ ਕਿਹਾ ਕਿ ਕਮਿਸ਼ਨ ਆਫ ਇਨਕੁਆਇਰੀ ਦੀ ਸ਼ਾਨ ਦੇ ਖਿਲਾਫ ਬੋਲੇ ਆ, ਕਿਉਂ ਬੋਲੇ? ਉਹ ਉਹਨਾਂ ਨੇ ਇਨਕੁਆਇਰੀ ਦੇ ਸਾਹਮਣੇ ਨਹੀਂ ਸੀ ਪੇਸ਼ ਹੋਏ ਜੀ, ਉਹ ਬਾਹਰ ਮੀਡੀਆ ਦੇ ਸਾਹਮਣੇ ਉਹ ਮੇਰੇ ਬਾਰੇ ਸ਼ਬਦਾਵਲੀ ਗਲਤ ਸ਼ਬਦਾਵਲੀ ਇਸਤੇਮਾਲ ਕਰਦੇ ਸੀ, ਉਹਨੂੰ ਬੇਸ ਬਣਾ ਕੇ ਮੈਂ ਉਹ ਕੰਪਲੇਂਟ ਕੀਤੀ ਸੀਗੀ ਜਿਹੜੀ ਹਾਈਕੋਰਟ ਦੇ ਵਿੱਚ। ਸੁਪਰੀਮ ਕੋਰਟ ਦੇ ਵਿੱਚ ਮੈਂ ਹਾਈਕੋਰਟ ਦਾ ਫੈਸਲਾ ਚੈਲੰਜ ਕੀਤਾ ਔਰ ਸੁਪਰੀਮ ਕੋਰਟ 'ਚ ਉਹਨਾਂ ਨੂੰ ਨੋਟਿਸ ਹੋ ਗਿਆ। ਤੁਹਾਨੂੰ ਉਮੀਦ ਹੈ ਕਿ ਤੁਹਾਨੂੰ ਜਸਟਿਸ ਮਿਲੂਗਾ? ਦੇਖੋ ਜੀ, ਮੈਂ ਇਹ ਜਿਹੜਾ ਕੇਸ ਫਾਈਲ ਕੀਤਾ ਨਾ, ਕੋਈ ਆਪਣੇ ਨਿੱਜੀ ਜਸਟਿਸ ਲੈਣ ਵਾਸਤੇ ਨਹੀਂ ਕੀਤਾ। ਮੇਰਾ ਮਕਸਦ ਉਹ ਇਹ ਸੀ ਕਿ ਕਿਸੇ ਵੀ ਇੰਸਟੀਟਿਊਸ਼ਨ ਨੂੰ ਕੋਈ ਵੀ ਪੋਲੀਟੀਕਲ ਲੀਡਰ ਇਸ ਤਰ੍ਹਾਂ ਮਲਾਈਨ ਨਹੀਂ ਕਰ ਸਕਦਾ। ਮੈਂ ਇੱਕ ਇੰਸਟੀਟਿਊਸ਼ਨ ਦੀ ਪ੍ਰੈਸਟੀਜ ਨੂੰ ਸੇਵ ਕਰਨ ਵਾਸਤੇ ਉਹ ਕੇਸ ਕੀਤਾ। ਇਹ ਅਦਾਲਤਾਂ 'ਤੇ ਡਿਪੈਂਡ ਕਰਦਾ ਹੈ ਕਿ ਉਹ ਉਹਨੂੰ ਕਿਸ ਤਰ੍ਹਾਂ ਲੈਂਦੀਆਂ ਨੇ। ਜੇ ਉਹ ਅਦਾਲਤਾਂ ਇਹ ਕਹਿਣਗੀਆਂ ਕਿ ਉਹਨੇ ਟਾਈਮ 'ਚ ਹੀ ਹੋ ਸਕਦਾ ਹੈ ਜਦੋਂ ਤੱਕ ਕਮਿਸ਼ਨ ਆਫ ਇਨਕੁਆਇਰੀ ਦਾ ਪ੍ਰਚਲਿਤ ਹੋਵੇ, ਤਾਂ ਇਟ ਇਜ਼ ਦੇਅਰ ਵਿਊ। ਪਰ ਮੈਨੂੰ ਕੋਈ ਪਰਸਨਲ ਕਿਸੇ ਨਾਲ ਰੰਜਿਸ਼ ਕੋਈ ਨਹੀਂ ਹੈਗੀ। ਮੈਂ ਤਾਂ ਇੱਕ ਇਹ ਦੱਸਣਾ ਚਾਹੁੰਦਾ ਸੀ ਕਿ ਕਿਸੇ ਇੰਸਟੀਟਿਊਸ਼ਨ ਨੂੰ ਤੁਸੀਂ ਜੱਜਮੈਂਟ ਨੂੰ ਕ੍ਰਿਟੀਸਾਈਜ਼ ਕਰ ਸਕਦੇ ਹੋ ਪਰ ਜੱਜ ਨੂੰ ਨਹੀਂ ਕ੍ਰਿਟੀਸਾਈਜ਼ ਕਰ ਸਕਦੇ। ਇਸੇ ਤਰ੍ਹਾਂ ਹੀ ਕਮਿਸ਼ਨ ਦੀ ਜੇ ਕੋਈ ਫਾਈਂਡਿੰਗ 'ਚ ਕਿਸੇ ਨੂੰ ਇਤਰਾਜ਼ ਹੋਇਆ ਤਾਂ ਜੋ ਮਰਜ਼ੀ ਕਵੇ, ਪਰ ਉਹ ਜਦੋਂ ਸ਼ਬਦਾਵਲੀ ਤੁਸੀਂ ਇੱਕ ਚੇਅਰਮੈਨ ਦੇ ਖਿਲਾਫ ਇਸਤੇਮਾਲ ਕਰਦੇ ਹੋ ਉਹਦੀ ਰੈਮਡੀ ਜਿਹੜੀ ਹੈ 10A ਪ੍ਰੋਵਾਈਡਡ ਹੈ ਕਮਿਸ਼ਨ ਆਫ ਇਨਕੁਆਇਰੀਜ਼ ਐਕਟ। ਸਰ, ਕਮਿਸ਼ਨ ਆਫ ਇਨਕੁਆਇਰੀ ਅਤੇ ਪੁਲਿਸ ਇਨਵੈਸਟੀਗੇਸ਼ਨ ਜ਼ਰੂਰੀ ਹੁੰਦੀ ਹੈ ਜਾਂ ਕਮਿਸ਼ਨ ਇਨਕੁਆਇਰੀ ਸਿੱਧਾ ਜਾ ਕੇ ਕੋਰਟ ਵਿੱਚ ਇਹ ਸਭ ਚੀਜ਼ਾਂ ਰੱਖ ਦੇਵੇ ਅਤੇ ਉਸ ਤੋਂ ਬਾਅਦ ਉਸੇ ਆਧਾਰ 'ਤੇ ਹੀ ਸਿੱਧੀਆਂ ਗਵਾਹੀਆਂ ਹੋ ਜਾਣ, ਇਹ ਪੋਸੀਬਲ ਹੈ ਸਰ? ਨਹੀਂ, ਇਹ ਦੇਖੋ ਜੀ, ਕਮਿਸ਼ਨ ਆਫ ਇਨਕੁਆਇਰੀਜ਼ ਐਕਟ ਦੇ ਵਿੱਚ ਉਦੋਂ ਲੋੜ ਹੁੰਦੀ ਹੈ ਕਮਿਸ਼ਨ ਦੀ ਇਨਕੁਆਇਰੀ ਦੀ ਜਦੋਂ ਕੋਈ ਚੀਜ਼ਾਂ ਸਾਹਮਣੇ ਪ੍ਰਤੱਖ ਰੂਪ ਨਾਲ ਆਈਆਂ ਹੋਣ ਅਤੇ ਉਹਨਾਂ ਦੇ ਵਿੱਚ ਕੁਝ ਪਤਾ ਕਰਨ ਦੀ ਲੋੜ ਹੋਵੇ। ਕਮਿਸ਼ਨ ਆਫ ਇਨਕੁਆਇਰੀਜ਼ ਐਕਟ ਇੱਕ ਫੈਕਟ ਫਾਈਂਡਿੰਗ ਬਾਡੀ ਹੁੰਦੀ ਹੈ ਜਿਹੜੀ ਕਿ ਕਿਸੇ ਵੀ ਅਥਾਰਟੀ ਨੂੰ ਅਸਿਸਟ ਕਰਦੀ ਹੈ ਕਿ ਪ੍ਰੋਪਰ ਡਿਸੀਜਨ ਲੈਣ ਵਾਸਤੇ। ਤੋ ਇਸ ਕਰਕੇ ਕਮਿਸ਼ਨ ਆਫ ਇਨਕੁਆਇਰੀ ਐਕਟ ਨਾਲ ਡਾਇਰੈਕਟਲੀ ਕੋਰਟ 'ਚ ਨਹੀਂ ਜਾਇਆ ਜਾ ਸਕਦਾ। ਉਸ ਤੋਂ ਬਾਅਦ ਵਿੱਚ ਉਸ ਦੇ ਬੇਸਿਸ 'ਤੇ ਜਾਂ ਕੋਈ ਹੋਰ ਜਿਹੜੇ ਵੀ ਬੇਸਿਸ 'ਤੇ ਇਨਵੈਸਟੀਗੇਸ਼ਨ ਹੁੰਦੀ ਹੈ ਅਤੇ ਇਨਵੈਸਟੀਗੇਸ਼ਨ ਦੇ ਬੇਸਿਸ 'ਤੇ ਜਿਹੜੀ ਪੁਲਿਸ ਕਾਰਵਾਈ ਲੈਂਦੀ ਹੈ। ਸਰ, ਜਿਹੜੀ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਕਿ ਉਹ ਕੋਰਟ ਆਫ ਇਨਕੁਆਇਰੀ ਕਮਿਸ਼ਨ ਆ ਜਿਹੜਾ ਉਸ ਦੇ ਤਹਿਤ ਹੀ ਉਸ ਨੂੰ ਕਰਨੀ ਹੁੰਦੀ ਹੈ ਜੋ ਆਪਦੇ ਦਾਇਰੇ ਨੂੰ ਵਧਾ ਸਕਦਾ ਜਾਂ ਉਸੇ ਦਾਇਰੇ ਵਿੱਚ ਉਹਨੂੰ ਰਹਿਣਾ ਪੈਂਦਾ? ਨਹੀਂ, ਕੋਈ ਰੈਸਟ੍ਰਿਕਸ਼ਨ ਨਹੀਂ ਹੁੰਦੀ ਪੁਲਿਸ ਵਾਸਤੇ ਜੀ, ਕਿਉਂਕਿ ਜਿਹੜਾ ਇਨਕੁਆਇਰੀ ਹੁੰਦੀ ਹੈ ਨਾ ਉਹਦੇ ਕੋਲ ਇਨਵੈਸਟੀਗੇਟਿੰਗ ਪਾਵਰ ਨਹੀਂ ਹੁੰਦੀ ਹੈ ਕੋਈ। ਉਹ ਇਨਕੁਆਇਰੀ ਹੁੰਦੀ ਹੈ, ਉਹ ਉਹਦੇ 'ਚ ਵੈਸੇ ਉਹ ਫੋਰਸ ਵੀ ਕਰ ਸਕਦੇ ਨੇ ਕਿਸੇ ਨੂੰ ਜੇ ਵਿਟਨੈਸ ਨਾ ਆਵੇ, ਬਟ ਉਹ ਜਿਹੜਾ ਨਾ ਉਹਦੇ ਵਿੱਚ ਇੱਕ ਟ੍ਰਾਇਲ ਨਹੀਂ ਹੁੰਦਾ, ਉਹ ਇੱਕ ਫੈਕਟ ਫਾਈਂਡਿੰਗ ਬਾਡੀ ਹੁੰਦੀ ਹੈ, ਉਹ ਪਤਾ ਕਰਨਾ ਹੁੰਦਾ ਕਿ ਕਿਸ ਤਰ੍ਹਾਂ ਹੋਇਆ, ਕੌਣ ਜ਼ਿੰਮੇਵਾਰ ਹੈ। ਉਸ ਤੋਂ ਬਾਅਦ ਪੁਲਿਸ ਦਾ ਦਾਇਰਾ ਜਿਹੜਾ ਉਸ ਤੋਂ ਵੱਡਾ ਵੀ ਹੋ ਸਕਦਾ ਹੈ, ਉਹ ਕੋਈ ਰਿਸਟ੍ਰਿਕਸ਼ਨ ਨਹੀਂ ਹੈ ਕਿ ਉਹਦੇ ਵਿੱਚ ਹੀ ਰਹਿਣਾ ਪਊਗਾ। ਚਲੋ, ਇੱਕ ਛੋਟਾ ਜਿਹਾ ਵਕਫਾ ਲੈ ਲਈਏ ਰਣਜੀਤ ਸਿੰਘ ਜੀ, ਤੁਹਾਡੇ ਕੋਲ ਵਾਪਸ ਆਵਾਂਗੇ। ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ,
रणजीत सिंह कमीशन ने रिपोर्ट दिती, उस इन्वेस्टिगेशन विच की लभ्या? इन्वेस्टिगेशन दे विच चार्जशीट फाइल होंदी है, वो चार्जशीट फाइल है, हाई कोर्ट उस ते की टिप्पणी करता है। मामला इस तो अगे भी है क्योंकि बहबल कला गोलीकांड का मामला भी है, बरगाड़ी बेअदबी कांड का भी है, तो इस दे नाल कोटपुरा गोलीकांड ते हाई कोर्ट का एक फैसला साढ़े सामने आ चुका। सारे सवाल लैन की कोशिश करांगे, असी कोशिश करांगे तुहानू इह मुद्दे की चंगी तरह समझ आवे। वापस आ रहे एक बार फिर थोड़ा स्वागत करते हैं, श्री रणजीत सिंह साढ़े नाल मौजूद है कि रणजीत सिंह जी, सर कुंवर विजय प्रताप का हुण मैं जिक्र करना चाहुंदा, जिहड़ा तुसीं पुलिस इनकुआरी की गल की है सर, वो दो SIT दे विच सी, उह बहबल कला गोलीकांड ते कोटपुरा गोलीकांड। कोटपुरा गोलीकांड ते तुहानूं पता जिहड़ा फैसला आया सर, उस फैसले नाल तुसीं इतफाक रखते हो? देखो जी, मैं तां लीगल पोजीशन बयान कर सकदा, इह जदों पुलिस इनवैसटीगेशन च कोर्ट का किन्ना क अधिकार होंदा इंटरफेयर करन दा, उस बारे जो लीगल पोजीशन मेरे मुताबिक यह है कि पुलिस नू अनहिंडर्ड पावर्स ने एक ऑफेंस नू या क्राइम नू इन्वेस्टिगेट करना। कोर्ट का रोल इन्वेस्टिगेशन विच बहुत मिनिमल ते रेयर होंदा। इन्वेस्टिगेशन दी पुलिस दी जिम्मेवारी होंदी है ते कोर्ट दे विच उहदे च इंटरफेयर नहीं करना। कोर्ट दे विच इन्वेस्टिगेशन जदों चलान पेश हो जाता है या चार्जशीट जदों फाइल हो जाती है उदों फिर ट्रायल कोर्ट का रोल आता है। जे कोई इनकुआरी या इन्वेस्टिगेशन उदे च कोई त्रुटियां ने या कोई इनफॉर्मिटीज़ ने तो वह प्लीट कीतियां जा सकती हैं ट्रायल कोर्ट को कि यह इन्वेस्टिगेशन जी ठीक नहीं सी, यह इन्वेस्टिगेशन फेयर नहीं सी, यह इन्वेस्टिगेशन बायस सी, तो उहदा जिहड़ा फिर इफेक्ट है वह ट्रायल कोर्ट देखता है, तो वह उहदा जो आउटकम होंदा है फिर जे वह चाहे देखण कि यह फेयर नहीं सी ते वो अक्यूज़ नू उहदा बेनीफिट दे सकदे। पर कोर्ट नू यह कहना कि जी ये इन्वेस्टिगेशन नू असीं ऑफिसर चेंज कर दिओ, मेरे ख्याल ना वो जूरिसडिक्शन तो बियॉन्ड है, वो नहीं होना नॉर्मली। कल परसों ही एक सुप्रीम कोर्ट ने जजमेंट दी है, उन्होंने कहा है कि जी कोर्ट शुड नॉट इंटरफेयर इन पुलिस प्रो, वो मतलब उन्होंने बड़ा रेयर बहुत रेयर काम होंदा जदों इन्वेस्टिगेशन च कोई बहुत मतलब बहुत ज़्यादा धांधलेबाजी हो जाए। ये मैनूं लगता कोई ऐसी गल नहीं सी हैगी। इन्हां केसिस दे विच आफ्टर इन्वेस्टिगेशन चार्जिस चार्जशीट फाइल हो गईआं कोर्ट दे विच, तो कोर्ट दे विच जदों चार्जशीट फाइल हो जाए फिर ट्रायल कोर्ट का काम है देखना उस नूं वी उहदे च एविडेंस है कि नहीं है, सफिशेंट एविडेंस है कि नहीं है, या इन्वेस्टिगेशन फेयर सी या इन्वेस्टिगेशन फेयर नहीं सी, तो उहदा जो भी इफेक्ट देखना ट्रायल कोर्ट ने देखना होंदा। मेरे विचार नाल ਇਹ ਜਿਹੜਾ ਹਾਈ ਕੋਰਟ ਨੇ ਇੰਟਰਫੇਅਰ ਕਰਕੇ ਸੈਟਿਸਫਾਈਡ ਕੀਤੀ ਹੈ ਉਹ ਐਪਰੋਪ੍ਰੀਏਟ ਨਹੀਂ ਹੈ, ਉਹ ਬਹੁਤਾ ਫੈਸਲਾ ਮੈਂ ਨਹੀਂ ਸਮਝਦਾ ਕਿ ਉਹ ਲਾਅ ਦੇ ਮੁਤਾਬਿਕ ਬੜਾ ਜਸਟੀਫਾਈਡ। ਤੁਸੀਂ ਕਹਿ ਰਹੇ ਹੋ ਕਿ ਹਾਈ ਕੋਰਟ ਨੂੰ ਇੰਟਰਫੇਰੈਂਸ ਨਹੀਂ ਕਰਨਾ ਚਾਹੀਦਾ ਸੀਗਾ ਇਸ ਮਾਮਲੇ ਦੇ ਵਿੱਚ, ਮੇਰਾ ਸਵਾਲ ਇਹ ਹੈ ਕਿ ਜਿਹੜੀ AG ਦੀ ਟੀਮ ਹੈ, ਪੰਜਾਬ ਸਰਕਾਰ ਦੀ ਲੀਗਲ ਟੀਮ ਹੈ, ਉਹਨਾਂ 'ਤੇ ਸਵਾਲ ਚੁੱਕੇ ਜਾ ਰਿਹਾ ਕਿ ਉਹਨਾਂ ਨੇ ਕੇਸ ਨੂੰ ਚੰਗੀ ਤਰ੍ਹਾਂ ਰੱਖਿਆ ਨਹੀਂ ਗਾ, ਤੁਸੀਂ ਸਰ ਇਸ ਨਾਲ ਇਤਫਾਕ ਰੱਖਦੇ ਹੋ? ਕਿਉਂਕਿ ਸਾਰੇ ਜਿਹੜੇ ਵਿਰੋਧੀ ਲੀਡਰ ਹੈ ਅਤੇ ਜਿਹੜੇ ਕਾਂਗਰਸ ਦੇ ਆਪਦੇ ਲੀਡਰ ਵੀ ਹੈ ਉਹ ਇਹ ਸਵਾਲ ਕਰਦੇ ਪਏ ਆ ਕਿ ਅਤੁਲ ਨੰਦਾ ਨੂੰ ਹਟਾ ਦਿਓ। ਨਹੀਂ ਦੇਖੋ, ਕੋਰਟ ਦੇ ਵਿੱਚ ਕੀ ਪੱਖ ਰੱਖੇ ਗਏ, ਕੋਰਟ ਨੇ ਕਿਸ ਬਿਨਾਂ 'ਤੇ ਫੈਸਲਾ ਕੀਤਾ, ਕੀ ਉੱਥੇ ਬਹਿਸ ਹੋਈ, ਇਹਦੇ ਬਾਰੇ ਮੈਨੂੰ ਕੋਈ ਗਿਆਨ ਨਹੀਂ ਹੈ। ਤੋ ਮੇਰਾ ਇਹ ਕਮੈਂਟ ਕਰਨਾ ਇਸ ਬਾਰੇ ਕਿ ਕਿਆ ਉਹ ਸਹੀ ਤਰ੍ਹਾਂ ਪ੍ਰਜੈਂਟ ਹੋਇਆ ਕਿ ਨਹੀਂ ਹੋਇਆ, ਇਹ ਵਾਜਬ ਨਹੀਂ ਹੋਏਗਾ ਬਹੁਤਾ, ਕਿਉਂਕਿ ਮੈਂ ਕੋਈ ਕੋਰਟ ਦੇ ਵਿੱਚ ਕਾਰਵਾਈ ਤਾਂ ਦੇਖੀ ਨਹੀਂ, ਅਤੇ ਇਸ ਕਰਕੇ ਉਹ ਮੈਂ ਉਸ ਕੰਟਰੋਵਰਸੀ 'ਚ ਨਹੀਂ ਪੈਣਾ ਚਾਹੁੰਦਾ। ਬਟ ਮੈਂ ਤਾਂ ਲੀਗਲ ਪੋਜੀਸ਼ਨ ਜਿਹੜੀ ਮੇਰੇ ਸਮਝ ਦੇ ਮੁਤਾਬਕ ਹੈ ਉਹਦੇ ਬਾਰੇ ਕਮੈਂਟ ਕਰ ਰਿਹਾ। ਸਰ ਲੀਗਲ ਪੋਜੀਸ਼ਨ 'ਤੇ ਤਾਂ ਤੁਸੀਂ ਐਡਵੋਕੇਟ ਜਨਰਲ ਨੂੰ ਸੇਵ ਕਰ ਰਹੇ ਹੋ, ਜਿਹੜੀ ਲੀਗਲ ਪੋਜੀਸ਼ਨ ਤੁਸੀਂ ਦੱਸ ਰਹੇ ਹੋ। ਨਹੀਂ, ਮੈਂ ਸੇਵ ਨਹੀਂ ਕਿਸੇ ਨੂੰ ਕਰ ਰਿਹਾ, ਨਾ ਮੇਰਾ ਕੋਈ ਇਹੋ ਜਿਹੀ ਇੰਟੈਂਸ਼ਨ ਹੈਗੀ ਹੈ। ਮੇਰੀ ਕੀ ਇੰਟਰਸਟ ਹੈ ਕਿਸੇ ਨੂੰ ਸੇਵ ਕਰਨਾ ਜੀ? ਮੈਂ ਤਾਂ ਇਹ ਤੁਹਾਨੂੰ ਦੱਸ ਰਿਹਾ ਹਾਂ ਕਿ ਕੋਰਟ ਨੂੰ ਇਹ ਦੱਸਣ ਦੀ ਜ਼ਰੂਰਤ ਸੀ ਕਿ ਜੀ ਇਨਵੈਸਟੀਗੇਸ਼ਨ ਪੁਲਿਸ ਦਾ ਰਾਈਟ ਹੈ, ਅਨਹਿੰਡਰਡ ਰਾਈਟ ਹੈ। ਇਨਵੈਸਟੀਗੇਸ਼ਨ ਜੇ ਹੋ ਕੇ ਚਾਰਜਸ਼ੀਟ ਹੋ ਗਈ ਤਾਂ ਕੋਰਟ ਸ਼ੁੱਡ ਹੋਲਡ ਇਜ਼ ਹੈਂਡਸ ਅਵੇ। ਮੈਂ ਸੁਪਰੀਮ ਕੋਰਟ ਜੱਜਮੈਂਟ ਵੀ ਤੁਹਾਨੂੰ ਦੱਸ ਰਿਹਾ ਜਿਹੜੇ ਕੱਲ੍ਹ ਪਰਸੋਂ ਹੀ ਆਈ ਕਿ ਕੋਰਟ ਸ਼ੁੱਡ ਨੋਟ ਇੰਟਰਫੇਅਰ ਇਨ ਦੀ ਪੁਲਿਸ ਪ੍ਰੋਬ, ਉਹ ਹੈਡਲਾਈਨ ਸੀ ਉਹ ਸਾਰੇ ਪੇਪਰਾਂ ਦੇ ਵਿੱਚ, ਅਤੇ ਉਹੀ ਮੈਂ ਤੁਹਾਨੂੰ ਦੱਸ ਰਿਹਾ, ਉਹੀ ਲੀਗਲ ਪੋਜੀਸ਼ਨ ਹੈ ਜਿਹੜੀ ਕਰੈਕਟ ਲੀਗਲ ਪੋਜੀਸ਼ਨ ਹੈ। ਗੁਰਦੀਪ ਸਿੰਘ ਬੰਧੇਰ ਦੀ ਪਟੀਸ਼ਨ 'ਤੇ ਇਹ ਸਭ ਕੁਝ ਹੋਇਆ, ਗੁਰਦੀਪ ਸਿੰਘ ਬੰਧੇਰ ਨੇ ਗੁੰਮਰਾਹ ਕੀਤਾ ਕੋਰਟ ਨੂੰ? ਮੈਨੂੰ ਨਹੀਂ ਪਤਾ ਜੀ ਉਸ ਪਟੀਸ਼ਨ 'ਚ ਕੀ ਲਿਖਿਆ ਹੈ, ਪਰ ਗੁਰਦੀਪ ਸਿੰਘ ਜਿਹੜਾ ਬੰਧੇਰ ਹੈ ਉਹ SHO ਕੋਟਕਪੂਰਾ ਸੀ,
ਜਿਹਦੇ ਥਾਣੇ ਦੇ ਵਿੱਚ ਜਿਹਦੇ ਬਿਲਕੁਲ ਥਾਣੇ ਦੇ ਨਜ਼ਦੀਕ ਇਹ ਜਿਹੜਾ ਧਰਨਾ ਲੱਗਿਆ ਹੋਇਆ ਸੀ। ਮੇਰੇ ਵਿਚਾਰ ਨਾਲ ਉਹ ਜਿਹੜਾ ਗੁਰਦੀਪ ਸਿੰਘ ਹੈ ਉਹ ਮਿਸਲੀਡ ਤਾਂ ਨਹੀਂ, ਜੋ ਮੇਰੀ ਐਵੀਡੈਂਸ ਜੋ ਮੇਰੇ ਕਮਿਸ਼ਨ ਦੇ ਸਾਹਮਣੇ ਆਈ ਸੀ ਉਹਦਾ ਉਹ ਉਸ ਵੇਲੇ ਮੇਰਾ ਖਿਆਲ ਜਦੋਂ ਗੋਲੀ ਚੱਲੀ ਹੈ ਉਸ ਚੌਂਕ ਦੇ ਵਿੱਚ ਉਹਦੇ ਆਪਣੇ ਮੁਤਾਬਿਕ ਹੀ ਉਹ ਉੱਥੇ ਹਾਜ਼ਰ ਨਹੀਂ ਸੀ ਔਰ ਉਹਨੇ ਝੂਠੇ ਬਿਆਨ ਦਿੱਤੇ ਸੀ ਕਮਿਸ਼ਨ ਦੇ ਸਾਹਮਣੇ ਕਿ ਜੀ ਸਾਡਾ ਥਾਣੇ 'ਤੇ ਅਟੈਕ ਹੋ ਗਿਆ ਅਤੇ ਥਾਣੇ ਤੋਂ ਅਸੀਂ ਗੋਲੀਆਂ ਚਲਾਈਆਂ, ਜਿਹੜੀਆਂ ਮੈਂ ਸਮਝਿਆ ਕਿ ਉਹ ਝੂਠਾ ਸੀ ਔਰ ਬਾਅਦ 'ਚ ਉਹ ਜਿੰਨੇ ਬੰਦੇ ਸੀ ਗੋਲੀ ਚਲਾਉਣ ਵਾਲੇ ਮੰਨੇ ਵੀ ਇਸ ਗੱਲ 'ਤੇ ਕਿ ਜੀ ਅਸੀਂ ਉੱਥੋਂ ਉਹ ਤਾਂ ਕਹਾਣੀ ਬਣਾਈ ਸੀ, ਇਹ ਉੱਥੇ ਗੋਲੀ ਥਾਣੇ 'ਚੋਂ ਕੋਈ ਨਹੀਂ ਚੱਲੀ, ਗੋਲੀ ਜਿਹੜੀ ਚੌਂਕ 'ਚ ਚੱਲੀ ਸੀ। ਇਹ ਤਾਂ ਮੇਰੀ ਕਮਿਸ਼ਨ ਦੀ ਫਾਈਂਡਿੰਗ ਹੈ ਮੈਂ ਜੋ ਤੁਹਾਨੂੰ ਦੱਸ ਰਿਹਾ। ਬਾਕੀ ਉਹਨੇ ਉੱਥੇ ਕੀ ਪਲੀਟ ਕੀਤਾ, ਕੀ ਕਿਹਾ, ਕੀ ਨਹੀਂ ਕਿਹਾ, ਮੈਂ ਨਹੀਂ ਉਹਦੇ ਬਾਰੇ ਮੈਨੂੰ ਕੋਈ ਬਹੁਤਾ ਗਿਆਨ ਨਹੀਂ। ਸਰ ਇਸ ਨੂੰ ਚੈਲੇਂਜ ਕਿੱਥੇ ਕੀਤਾ ਜਾ ਸਕਦਾ, ਹਾਈ ਕੋਰਟ ਵਿੱਚ ਹੀ ਚੈਲੇਂਜ ਕੀਤਾ ਜਾਣਾ ਚਾਹੀਦਾ ਤੁਹਾਡੇ ਮੁਤਾਬਕ ਜਾਂ ਸੁਪਰੀਮ ਕੋਰਟ ਤੱਕ ਪਹੁੰਚ ਕਰਨੀ ਚਾਹੀਦੀ ਹੈ? ਨਹੀਂ, ਮੇਰੇ ਖਿਆਲ ਹਾਈ ਕੋਰਟ ਦੀ ਜੁਰਿਸਡਿਕਸ਼ਨ ਤੋਂ ਬਾਅਦ ਹੈ ਹੁਣ ਜਦੋਂ ਫੈਸਲਾ ਹੋ ਗਿਆ, ਇਹਨੂੰ ਚੈਲੇਂਜ ਤਾਂ ਸੁਪਰੀਮ ਕੋਰਟ 'ਚ ਕੀਤਾ ਜਾ ਸਕਦਾ। ਪਰ ਇਹਦੇ 'ਚ ਦੋ ਆਪਸ਼ਨਸ ਨੇ ਮੇਰੇ ਵਿਚਾਰ ਨਾਲ ਗੌਰਮੈਂਟ ਕੋਲ। ਇੱਕ ਤਾਂ ਹੈਗੀ ਹੈ ਕਿ ਇਹਨੂੰ ਫੈਸਲਾ ਚੈਲੇਂਜ ਕਰਕੇ ਅਤੇ ਉੱਥੋਂ ਸਟੇਅ ਲਿਆ ਜਾਵੇ ਅਤੇ ਅੱਗੇ ਟ੍ਰਾਇਲ ਚੱਲੇ। ਦੂਸਰਾ ਇਹ ਹੈਗਾ ਕਿ ਕਿਉਂਕਿ ਕੋਵਿਡ ਦਾ ਸਮਾਂ ਚੱਲ ਰਿਹਾ, ਜਿਹੜਾ ਸੁਪਰੀਮ ਕੋਰਟ ਹੈ ਬੜੀ ਰਿਸਟ੍ਰਿਕਟਿਡ ਫੰਕਸ਼ਨਿੰਗ ਹੋ ਰਹੀ ਹੈ ਉੱਥੇ, ਉੱਥੇ ਬੜਾ ਟਾਈਮ ਲੱਗ ਸਕਦਾ ਹੈ ਇਹਨੂੰ ਇਸ ਫੈਸਲੇ ਨੂੰ ਚੈਲੇਂਜ ਕਰਦੇ ਜਾਂ ਉਹਦਾ ਕੋਈ ਆਊਟਕਮ ਦੇਖਣ ਲਈ। ਅਤੇ ਇੱਕ ਤਰੀਕਾ ਇਹ ਵੀ ਹੋ ਸਕਦਾ ਹੈ ਕਿ ਇੱਕ ਹੋਰ ਸਿੱਟ ਕੰਸਟੀਟਿਊਟ ਕਰਕੇ ਉਹਨੂੰ ਟਾਈਮ ਬਾਊਂਡ ਕੀਤਾ ਜਾਵੇ, ਕਿਉਂਕਿ ਇਨਵੈਸਟੀਗੇਸ਼ਨ ਸਾਰੀ ਹੋਈ ਹੋਈ ਹੈ, ਉਹ ਆਪਣੇ ਆਪ ਨੂੰ ਸੈਟਿਸਫਾਈ ਕਰਕੇ ਦੁਬਾਰਾ ਚਾਰਜਸ਼ੀਟ ਫਾਈਲ ਕਰ ਦੇਣ। ਇਹ ਵੀ ਹੋ ਸਕਦਾ ਹੈ, ਬਟ ਦੈਟ ਸ਼ੁੱਡ ਬੀ ਟਾਈਮ ਬਾਊਂਡ, 30 ਡੇਜ਼ ਜਾਂ ਉਹਨਾਂ ਨੂੰ ਕੋਈ ਟਾਈਮ ਇੱਦਾਂ ਦਾ ਦਿੱਤਾ ਜਾਵੇ ਕਿ ਉਹ ਆਪਣੀ ਇਨਕੁਆਇਰੀ ਕਰਕੇ ਇਨਵੈਸਟੀਗੇਸ਼ਨ ਕਰਕੇ ਦੁਬਾਰਾ ਨਵੇਂ ਸਿਰੇ ਨੂੰ ਚਾਰਜਸ਼ੀਟ ਫਾਈਲ ਕਰ ਦੇਣ। ਹੋਰ ਸਿੱਟ ਕੰਸਟੀਟਿਊਟ ਕਰਨ ਦਾ ਮਤਲਬ ਕੁੰਵਰ ਵਿਜੇ ਪ੍ਰਤਾਪ ਤੋਂ ਇਲਾਵਾ ਪਾਸੇ ਰੱਖ ਕੇ ਕੁੰਵਰ ਵਿਜੇ ਪ੍ਰਤਾਪ? ਕਿਉਂਕਿ ਦੇਖੋ ਨਾ ਜੀ, ਉਹ ਤਾਂ ਹਾਈਕੋਰਟ ਨੇ ਸਿੱਟ ਸੈਟ ਕਰਤੀ, ਮੈਂ ਕਹਿ ਨਹੀਂ ਰਿਹਾ, ਮੈਂ ਆਪਸ਼ਨ ਦੱਸ ਰਿਹਾ। ਇਹ ਦੋ ਆਪਸ਼ਨਸ ਨੇ ਗਵਰਨਮੈਂਟ ਕੋਲ, ਇੱਕ ਚੈਲੰਜ ਕਰਨਾ ਇਸ ਫੈਸਲੇ ਨੂੰ, ਸਟੇ ਲੈਣਾ ਔਰ ਉਸ ਸਿੱਟ ਨੂੰ ਬਹਾਲ ਕਰਨਾ ਔਰ ਉਹਦੀ ਫਾਈਂਡਿੰਗ ਨੂੰ ਬਹਾਲ ਕਰਨਾ। ਦੂਸਰਾ ਇਹ ਹੈਗਾ ਕਿ ਜੇ ਉੱਥੇ ਲੱਗੇ, ਜੇ ਫਰਜ਼ ਕਰੋ ਉੱਥੇ 5-6 ਮਹੀਨੇ ਲੱਗ ਜਾਣ ਇਸ ਨੂੰ ਸੁਣਵਾਈ ਹੁੰਦਿਆਂ ਹੀ, ਤਾਂ ਫਿਰ ਉਹ ਤਾਂ ਮੇਰਾ ਖਿਆਲ ਹੈ ਕਿ ਉਹ ਕਾਊਂਟਰ ਪ੍ਰੋਡਕਟਿਵ ਹੋ ਸਕਦਾ, ਇਸ ਕਰਕੇ ਮੈਂ ਸੈਕਿੰਡ ਆਲਟਰਨੇਟਿਵ ਜਿਹੜਾ ਉਹ ਦੱਸ ਰਿਹਾ। ਇੱਕ ਸਵਾਲ ਸਰ ਇਹ ਉੱਠ ਰਿਹਾ ਕਿ ਜਿਹੜੀ SIT ਬਣਾਈ ਗਈ ਸੀ ਉਸ SIT ਦੇ ਜਿਹੜੇ ਬਾਕੀ ਅਫਸਰ ਹੈ ਕੁੰਵਰ ਵਿਜੇ ਪ੍ਰਤਾਪ ਨਾਲ ਸਹਿਮਤ ਨਹੀਂ ਸੀਗੇ, ਜਸਟਿਸ ਰਣਜੀਤ ਸਿੰਘ ਇਸ 'ਤੇ ਕੋਈ ਕਮੈਂਟ ਕਰਨਾ ਚਾਹੁੰਦੇ ਆ? ਹਾਂ, ਜਿਹੜਾ ਜੋ ਦੇਖਿਆ ਗਿਆ ਜਿਹੜਾ ਪਬਲਿਕ ਡੋਮੇਨ 'ਚ ਜੋ ਵੀ ਖਬਰਾਂ ਆਈਆਂ ਉਹਦੇ ਤੋਂ ਇਹ ਲੱਗਦਾ ਸੀ ਕਿ ਬਾਕੀ ਜਿਹੜੇ ਸੀ ਉਹਦੇ ਨਾਲ ਕੋਆਪਰੇਟ ਨਹੀਂ ਕਰ ਰਹੇ ਸੀ। ਇਹ ਬੜੀ ਇੱਕ ਮੰਦਭਾਗੀ ਗੱਲ ਹੈ, ਜੇ ਇੱਕ ਗੌਰਮੈਂਟ ਨੇ ਸਿੱਟ ਕੰਸਟੀਟਿਊਟ ਕੀਤੀ ਹੋਵੇ ਤਾਂ ਕਿਸੇ ਅਫਸਰ ਦਾ ਮੇਰਾ ਖਿਆਲ ਕੋਈ ਉਹਦਾ ਕੋਈ ਡਿਸਕ੍ਰਿਪਸ਼ਨ ਨਹੀਂ ਹੈ ਕਿ ਉਹ ਕਹੇ ਜੀ ਮੈਂ ਕੰਮ ਨਹੀਂ ਕਰਦਾ ਜਾਂ ਮੈਂ ਇਹਦੇ ਨਾਲ ਕੋਆਪਰੇਟ ਨਹੀਂ ਕਰਦਾ ਜਾਂ ਮੈਂ ਇਹਦੇ ਨਾਲ ਸਹਿਮਤ ਨਹੀਂ। ਜੇ ਉਹਨਾਂ ਨੂੰ ਨਹੀਂ ਸੀ ਸਹਿਮਤ ਤਾਂ ਉਹਨਾਂ ਨੂੰ ਆਪਣਾ ਵਿਊ ਪੁਆਇੰਟ ਦੇਣਾ ਚਾਹੀਦਾ ਸੀ, ਪਰ ਇਹ ਮੇਰੇ ਵਿਚਾਰ ਨਾਲ ਇੱਕ ਬਹੁਤ ਹੀ ਗਲਤ ਪ੍ਰੈਸੀਡੈਂਟ ਹੈ ਕਿ ਜਿਹੜਾ ਸਿੱਟ ਦੇ ਮੈਂਬਰ ਜਿਹੜੇ ਕਹਿਣ ਜੀ ਅਸੀਂ ਕੋਆਪਰੇਟ ਨਹੀਂ ਕਰਦੇ ਜਾਂ ਅਸੀਂ ਕੀਤਾ ਨਹੀਂ ਜਾਂ ਅਸੀਂ ਇਹਦੇ ਨਾਲ ਸਹਿਮਤ ਨਹੀਂ, ਇਹ ਨਹੀਂ ਹੋਣਾ ਚਾਹੀਦਾ ਸੀ, ਇਸ ਤਰ੍ਹਾਂ ਦੀ ਸਿਚੁਏਸ਼ਨ ਆਉਣੀ ਨਹੀਂ ਚਾਹੀਦੀ। ਬਹਿਬਲ ਕਲਾਂ ਗੋਲੀਕਾਂਡ ਦੀ ਸੁਣਵਾਈ ਵੀ ਅਗਲੇ ਕੁਝ ਦਿਨਾਂ ਵਿੱਚ ਹੈ, 20 ਅਪ੍ਰੈਲ ਉਹਦੀ ਤਰੀਕ ਹੈ। ਤੁਹਾਨੂੰ ਲੱਗਦਾ ਕਿ ਇਸ ਫੈਸਲੇ ਦਾ ਅਸਰ ਉਸ 'ਤੇ ਵੀ ਪਵੇਗਾ? ਮੈਂ ਨਹੀਂ ਸਮਝਦਾ ਇਸ ਗੱਲ ਦਾ ਫੈਸਲਾ ਪਏਗਾ, ਕਿਉਂਕਿ ਇਹਦੇ 'ਚ ਮੈਂ ਜਜਮੈਂਟ ਤਾਂ ਪੜ੍ਹੀ ਨਹੀਂ ਅਜੇ ਜੀ, ਅਤੇ ਜੇ ਉਹਨਾਂ ਨੇ ਕੋਈ ਕਵਰ ਵਿਜੇ ਪ੍ਰਤਾਪ ਦੇ ਖਿਲਾਫ਼ ਕੋਈ ਇਹੋ ਜਿਹੀ ਗੱਲ ਕਹੀ ਹੈ ਕਿ ਹੈ, ਤਾਂ ਫਿਰ ਹੋ ਸਕਦਾ ਕੁਝ ਇਹਦਾ ਅਸਰ ਹੋ ਜਾਵੇ ਉਸ ਗੱਲ 'ਤੇ ਵੀ ਪੈ ਜਾਵੇ। ਸਰ ਕੁੰਵਰ ਵਿਜੇ ਪ੍ਰਤਾਪ ਤਾਂ ਨੌਕਰੀ ਛੱਡਣ ਲਈ ਤਿਆਰ ਬੈਠੇ ਆ, ਮੈਂ ਕਹਿੰਦੇ ਨੌਕਰੀ ਕਰਨੀ ਨਹੀਂ ਹੈ, ਫਿਰ ਇਹਦਾ ਮਤਲਬ ਤਾਂ ਸਰਕਾਰ ਲਈ ਵੀ ਰਸਤਾ ਸਾਫ਼ ਹੈ, ਨਵੀਂ SIT ਬਣਾ ਦਿੱਤੀ ਜਾਵੇ? ਨਹੀਂ, ਦੇਖੋ ਗੱਲ ਇਹ ਹੈ ਕਿ ਜੇ ਸਪੋਜ਼ ਕਰੋ ਕਿ ਸੁਪਰੀਮ ਕੋਰਟ ਸਟੇਅ ਕਰ ਦਿੰਦਾ ਇਸ ਆਰਡਰ ਨੂੰ, ਹਾਈਕੋਰਟ ਦੇ ਆਰਡਰ ਨੂੰ, ਅਤੇ ਫਿਰ ਤਾਂ ਉਹ ਜਿਹੜੇ ਚਾਰਜਸ਼ੀਟ ਦਾ ਚਲਾਨ ਤਾਂ ਫਾਈਲ ਹੋਇਆ ਹੀ ਹੋਇਆ, ਫਿਰ ਤਾਂ ਕੋਰਟ ਦਾ ਕੰਮ ਹੈ, ਫਿਰ ਅੱਗੇ ਟ੍ਰਾਇਲ ਚੱਲ ਪਏਗਾ, ਫਿਰ ਤਾਂ ਅੱਗੇ ਕੋਈ ਹੋਰ ਇਨਵੈਸਟੀਗੇਸ਼ਨ ਦੀ ਲੋੜ ਨਹੀਂ ਨਾ। ਉਹਨਾਂ ਨੇ ਇਨਵੈਸਟੀਗੇਸ਼ਨ ਕੰਪਲੀਟ ਕਰਕੇ ਚਾਰਜਸ਼ੀਟ ਫਾਈਲ ਕਰ ਦਿੱਤੀ ਹੋਈ ਕੋਰਟ ਦੇ ਵਿੱਚ, ਤਾਂ ਉਹ ਫਿਰ ਕੋਰਟ ਦਾ ਕੰਮ ਹੈ, ਕੋਰਟ ਦੇ ਵਿੱਚ ਟ੍ਰਾਇਲ ਚੱਲੇਗਾ ਉਹ, ਬਾਕੀ ਉਹਦੇ ਨਾਲ ਜੇ ਕਦੋਂ ਸਟੇ ਹੋ ਜਾਵੇ ਸੁਪਰੀਮ ਕੋਰਟ। ਸਰ ਅਫਸਰ ਦੇ ਜਾਣ ਦਾ ਅਸਰ ਪਊਗਾ ਜੇ ਸਟੇ ਹੋ ਵੀ ਜਾਵੇ ਤਾਂ, ਜੇ ਅਫਸਰ ਹੀ ਚਲਾ ਗਿਆ? ਨਹੀਂ, ਅਫਸਰ ਤਾਂ ਦੇਖੋ ਗੱਲ ਇਹ ਹੈ ਕਿ ਹਾਂ, ਉਹ ਅਫਸਰ ਨਾ ਵੀ ਰਹਿਣ ਭਾਵੇਂ, ਜੇ ਉਹਨਾਂ ਨੇ IO ਦੇਖੋ ਨਾ ਤੁਸੀਂ, ਇੱਕ IO ਇਨਵੈਸਟੀਗੇਟ ਕਰਦਾ ਕੇਸ ਔਰ ਉਸ ਤੋਂ ਬਾਅਦ ਸੇਲ ਸਪੋਜ਼ ਕਰੋ ਉਹ ਰਿਟਾਇਰ ਹੋ ਜਾਂਦਾ, ਇਹਦਾ ਮਤਲਬ ਇਹ ਨਹੀਂ ਕਿ ਉਹਨੂੰ ਕੋਰਟ ਬੁਲਾ ਨਹੀਂ ਸਕਦੀ ਗਵਾਹੀ ਦੇਣ ਵਾਸਤੇ। ਕੰਵਰ ਵਿਜੇ ਪ੍ਰਤਾਪ ਦੀ ਜੇ ਸਿੱਟ ਕੰਸਟੀਟਿਊਟ ਜਿਹੜੀ ਕੀਤੀ, ਜਿਹੜੀ ਇਹਨਾਂ ਦੀ ਇਨਵੈਸਟੀਗੇਸ਼ਨ ਕੋਰਟ 'ਚ ਫਾਈਲ ਹੋਈ ਹੈ, ਭਾਵੇਂ ਉਹ ਰਿਜ਼ਾਈਨ ਵੀ ਕਰ ਦੇਣ ਭਾਵੇਂ ਨਾ ਵੀ ਰਹਿਣ, ਕਿਉਂਕਿ ਉਹਨਾਂ ਨੇ ਇਨਵੈਸਟੀਗੇਟ ਕੀਤਾ ਕੇਸ, ਕੋਰਟ ਉਹਨਾਂ ਨੂੰ ਵਿਟਨੈਸ ਬੁਲਾ ਕੇ
ਉਹ ਆਪਣੀ ਉਹਨੂੰ ਇਨਵੈਸਟੀਗੇਸ਼ਨ ਬਾਰੇ ਉਹਨਾਂ ਨੂੰ ਪੁੱਛ ਸਕਦੀ ਔਰ ਉਹ ਸਪੋਰਟ ਕਰ ਸਕਦੇ ਨੇ ਉਹਨੂੰ ਉਹ ਕੋਈ ਡਿਫਿਕਲਟੀ ਨਹੀਂ ਆਏਗੀ ਇਸ ਗੱਲ ਦੇ ਉੱਤੇ ਠੀਕ ਹੈ ਇੱਕ ਬ੍ਰੇਕ ਲੈਣੀ ਹੈ ਸਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਇੱਕ ਤੁਹਾਨੂੰ ਸਵਾਲ ਕਰਨਾ ਚਾਹੁੰਦਾ ਮੈਂ ਤੁਸੀਂ ਕਹਿ ਰਹੇ ਹੋ ਕੁੰਵਰ ਵਿਜੇ ਪ੍ਰਤਾਪ ਅਹੁਦੇ ਤੇ ਰਹਿਣ ਨਾਰਾਇਣ ਕੋਰਟ ਉਹਨਾਂ ਨੂੰ ਵਿਟਨੈਸ ਦੇ ਤੌਰ ਤੇ ਬੁਲਾ ਸਕਦੀ ਹੈ ਜਿਹੜੇ ਕੁੰਵਰ ਵਿਜੇ ਪ੍ਰਤਾਪ ਨੇ ਗਵਾਹ ਤਿਆਰ ਕੀਤੇ ਆ ਇਸ ਪੂਰੇ ਮਾਮਲੇ ਦੇ ਵਿੱਚ ਕੀ ਜਸਟਿਸ ਰਣਜੀਤ ਸਿੰਘ ਉਹਨਾਂ ਗਵਾਹਾਂ ਦੇ ਨਾਲ ਸਹਿਮਤ ਹੈ ਜਿਹੜੇ ਉਹਨਾਂ ਨੇ ਗਵਾਹ ਤਿਆਰ ਕੀਤੇ ਦੇਖੋ ਜੀ ਗਵਾਹ ਉਹਨਾਂ ਨੇ ਕਿਹੜੇ ਤਿਆਰ ਕੀਤੇ ਨੇ ਮੈਨੂੰ ਨਹੀਂ ਪਤਾ ਮੈਨੂੰ ਤੇ ਇਹ ਪਤਾ ਹੈ ਕਿ ਜਿਹੜੀ ਮੈਂ ਇਨਕੁਆਇਰੀ ਕੀਤੀ ਸੀ ਜਿਹੜੀ ਕਮਿਸ਼ਨ ਆਫ ਇਨਕੁਆਇਰੀ 'ਚ ਇਨਕੁਆਇਰੀ ਕੀਤੀ ਸੀ ਉਹਦੇ 'ਚ ਬੜਾ ਸਫੀਸ਼ੀਐਂਟ ਪ੍ਰੂਫ ਸੀ ਉਹ ਜਿੰਨੇ ਵੀ ਬੰਦੇ ਜਿਹੜੇ ਹੁਣ ਜਿਹੜੇ ਜਿਹਨਾਂ ਦਾ ਨਾਮ ਆ ਰਿਹਾ ਨਾ ਉਹਨਾਂ ਦੇ ਖਿਲਾਫ ਸਫੀਸ਼ੀਐਂਟ ਐਵੀਡੈਂਸ ਸੀਗੀ ਮੇਰੇ ਕੋਲ ਵੀ ਜਿਹੜਾ ਮੈਂ ਉੱਥੇ ਕਲੈਕਟ ਕੀਤੀ ਸੀ ਉਹਨਾਂ ਸਭ ਨੂੰ ਪ੍ਰੋਪਰ ਅਪਰਚੁਨਿਟੀ ਦਿੱਤੀ ਗਈ ਸੀ ਇੱਕ ਸੈਕਸ਼ਨ 8B ਹੈ ਕਮਿਸ਼ਨ ਆਫ ਇਨਕੁਆਇਰੀਜ਼ ਐਕਟ ਦਾ ਉਹਦੇ 'ਚ ਇਹ ਲਿਖਿਆ ਹੋਇਆ ਕਿ ਜੇ ਕਿਸੇ ਵੀ ਆਫੀਸ਼ੀਅਲ ਦੇ ਜਾਂ ਕਿਸੇ ਵੀ ਆਦਮੀ ਦੇ ਖਿਲਾਫ ਕੋਈ ਇੰਡਿਕਮੈਂਟ ਹੋਣ ਦਾ ਚਾਂਸ ਹੋਵੇ ਤਾਂ ਉਹਨੂੰ ਨੋਟਿਸ ਦੇਣਾ ਪੈਂਦਾ ਕਿ ਉਹਨੂੰ ਤੂੰ ਆ ਕੇ ਆਪਣਾ ਪੱਖ ਰੱਖ ਸਕਦਾ ਹੈ ਅਤੇ ਕ੍ਰੋਸ ਐਗਜ਼ਾਮਿਨ ਕਰ ਸਕਦਾ ਵਿਟਨੈਸ ਨੂੰ ਉਹ ਸਭ ਨੂੰ ਨੋਟਿਸ ਦਿੱਤਾ ਗਿਆ ਸੀ ਇਹਨਾਂ ਆਫੀਸਰਸ ਨੂੰ ਜਿਹੜੇ ਇਸ ਵੇਲੇ ਸ਼ੱਕ ਦੇ ਦਾਇਰੇ 'ਚ ਨੇ ਜਾਂ ਜਿਹਨਾਂ ਦੇ ਖਿਲਾਫ ਚਾਰਜਸ਼ੀਟ ਫਾਈਲ ਹੋਈ ਹੈ ਤਾਂ ਮੇਰੇ ਹਿਸਾਬ ਨਾਲ ਇਹਨਾਂ ਦੇ ਖਿਲਾਫ ਸਫੀਸ਼ੀਐਂਟ ਐਵੀਡੈਂਸ ਹੈ ਔਰ ਜ਼ਰੂਰ ਗਵਰਨਰ ਵਿਜੇ ਪ੍ਰਤਾਪ ਨੇ ਉਹ ਇਕੱਠੀ ਕੀਤੀ ਹੋਏਗੀ ਜਿਸ ਬੇਸਿਸ ਤੇ ਚਾਰਜਸ਼ੀਟ ਫਾਈਲ ਹੋਈ ਹੈ ਚਲੋ ਮੈਂ ਇੱਕ ਛੋਟਾ ਬ੍ਰੇਕ ਲੈ ਕੇ ਸਰ ਵਾਪਸ ਆ ਰਿਹਾ ਤੁਹਾਡੇ ਕੋਲ ਰਣਜੀਤ ਸਿੰਘ ਹਰਾਂ ਤੋਂ ਮੈਂ ਇੱਕ ਸਵਾਲ ਲੈ ਰਿਹਾ ਸੀਗਾ ਅਤੇ ਉਹ ਸਵਾਲ ਲੰਬੇ ਹੁੰਦੇ ਜਾ ਰਹੇ ਕਿਉਂਕਿ ਜਸਟਿਸ ਰਣਜੀਤ ਸਿੰਘ ਨੇ ਇਸ ਪੂਰੇ ਮਾਮਲੇ ਨੂੰ ਚੰਗੀ ਤਰ੍ਹਾਂ ਕੋਖਿਆ ਦੇਖਿਆ ਅਤੇ ਉਹਨਾਂ ਤੋਂ ਸਵਾਲ ਹੈ ਜਿਹੜੇ ਉਹ ਬੜੇ ਹਲੀਮੀ ਨਾਲ ਠਰਮੇ ਨਾਲ ਸਾਨੂੰ ਲੈਣੇ ਪੈਣਗੇ ਅਤੇ ਜਵਾਬ ਉਹਨਾਂ ਦੇ ਕੀ ਤੈਅ ਕਰਨਗੇ ਕਿਹੜੀ ਦਿਸ਼ਾ ਤੈਅ ਕਰ ਰਿਹਾ ਸਵਾਲ ਇਹੀ ਹੈ ਕਿਉਂਕਿ ਜਨਤਾ ਦੀ ਕਚਹਿਰੀ ਵਿੱਚ ਸੱਚ ਕਿੰਨਾ ਪਹੁੰਚਿਆ ਸਵਾਲ ਇਹੀ ਹੈ ਅਤੇ ਉਸੇ ਸਵਾਲ ਨੂੰ ਕੋਖ ਰਹੇ ਹਾਂ ਵਾਪਸ ਆ ਰਹੇ ਹਾਂ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਅਤੇ ਰਿਟਾਇਰ ਜਸਟਿਸ ਰਣਜੀਤ ਸਿੰਘ ਸਾਡੇ ਨਾਲ ਮੌਜੂਦ ਹੈ ਕਿ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਹਨਾਂ ਨੇ ਲੰਬਾ ਸਮਾਂ ਡਿਊਟੀ ਨਿਭਾਈ ਹੈ ਰਣਜੀਤ ਸਿੰਘ ਜੀ ਸਰ ਐਸ ਜੀ ਪੀ ਸੀ ਦੇ ਬਾਰੇ ਤੁਸੀਂ ਉਦੋਂ ਕਹਿ ਰਹੇ ਕਿ ਤੁਹਾਨੂੰ ਸਪੋਰਟ ਨਹੀਂ ਕੀਤਾ ਐਸ ਜੀ ਪੀ ਸੀ ਨੇ ਜੋ ਤੁਸੀਂ ਇਨਕੁਆਇਰੀ ਕਰ ਰਹੇ ਸੀਗੇ ਹੁਣ ਐਸ ਜੀ ਪੀ ਸੀ ਨੇ ਮਤਾ ਪਾਇਆ ਸਰ ਉਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਤੁਸੀਂ ਦੇਖੋ ਜੀ ਐਸ ਜੀ ਪੀ ਸੀ ਨੂੰ ਬੁਲਾਇਆ ਗਿਆ ਸੀ ਇਸ ਕਰਕੇ ਕਿ ਸਾਡੇ ਕੋਲ ਮੇਰੇ ਕੋਲ ਜਦੋਂ ਇਨਕੁਆਇਰੀ ਮੈਂ ਕਰ ਰਿਹਾ ਸੀ ਉਹਦੇ 'ਚ ਇੱਕ ਬੜਾ ਹੀ ਇੰਪੋਰਟੈਂਟ ਤੱਥ ਆਇਆ ਸੀ ਕਿ ਇਹ ਜਿਹੜਾ ਇਹਦੀ ਬੈਕਗਰਾਉਂਡ ਹੈ ਨਾ ਉਹ ਇੱਕ ਡੇਰਾ ਸੱਚਾ ਸੌਦਾ ਦੇ ਸਾਧ ਨੂੰ ਮਾਫ਼ੀ ਦੇਣਾ ਉਸ ਕਰਕੇ ਇਹ ਸਾਰਾ ਸਿਲਸਿਲਾ ਹੋਇਆ ਅਤੇ ਉਹ ਮਾਫ਼ੀ ਜਿਹੜੀ ਸੀ ਉਹਦੀ ਜਦੋਂ ਐਵੀਡੈਂਸ ਸਾਡੇ ਕੋਲ ਆਈ ਤਾਂ ਅਸੀਂ ਐਸ ਜੀ ਪੀ ਸੀ ਦੇ ਪ੍ਰਧਾਨ ਜੀ ਨੂੰ ਔਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮੈਂ ਇੱਕ ਚਿੱਠੀ ਲਿਖੀ ਕਿ ਜੀ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਇਸ ਬਾਰੇ ਜੋ ਉਹ ਮਤਾ ਪਾਸ ਹੋਇਆ ਸੀ ਜਿਹੜਾ ਐਸ ਜੀ ਪੀ ਸੀ ਵੱਲੋਂ ਆਪਣਾ ਜਿਹੜੀ ਅਕਾਲ ਤਖ਼ਤ ਨੇ ਮਾਫ਼ੀ ਦਿੱਤੀ ਸੀ ਉਹਦੀ ਐਵੀਡੈਂਸ ਮੈਂ ਲੈਣਾ ਚਾਹੁੰਦਾ ਉਹਨਾਂ ਨੇ ਮੇਰੇ ਨਾਲ ਕੋਆਪਰੇਟ ਨਹੀਂ ਕੀਤਾ ਅਤੇ ਉਹਨਾਂ ਨੇ ਜਾ ਕੇ ਸਗੋਂ ਮੇਰੇ ਖਿਲਾਫ਼ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਜੀ ਕਮਿਸ਼ਨ ਆਫ ਇਨਕੁਆਇਰੀ ਜਥੇਦਾਰ ਅਕਾਲ ਤਖ਼ਤ ਨੂੰ ਸੰਮਨ ਕਰ ਰਿਹਾ ਮੈਂ ਬਿਲਕੁਲ ਸੰਮਨ ਨਹੀਂ ਸੀ ਕੀਤਾ ਮੈਂ ਉਹਨਾਂ ਨੂੰ ਚਿੱਠੀ ਲਿਖੀ ਸੀ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਔਰ ਮੈਂ ਆ ਕੇ ਤੁਹਾਡੇ ਕੋਲੋਂ ਦੋ ਗੱਲਾਂ ਪੁੱਛਣੀਆਂ ਨੇ ਇੱਕ ਤਾਂ ਇਹ ਕਿ ਉਹ ਜਿਹੜਾ ਮਤਾ ਮੈਨੂੰ ਜੇ ਦੇ ਦਿਓ ਅਤੇ ਦੂਸਰੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਇਹ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਉਹਦੇ ਬਾਰੇ ਮੈਂ ਤੁਹਾਡਾ ਵਿਚਾਰ ਜਾਣਨਾ ਚਾਹੁੰਦਾ ਵੀ ਆਪਾਂ ਕੀ ਅੱਗੇ ਤੋਂ ਇਹਦੇ 'ਤੇ ਮੈਸ਼ਰਸ ਲਈਏ ਤਾਂ ਕਿ ਬੇਅਦਬੀਆਂ ਰੁਕ ਸਕਣ ਪਰ ਨਾ ਤਾਂ ਜਥੇਦਾਰ ਸਾਹਿਬ ਨੇ ਮੈਨੂੰ ਕੋਆਪਰੇਟ ਕੀਤਾ ਔਰ ਨਾ ਹੀ ਐਸ ਜੀ ਪੀ ਸੀ ਨੇ ਐਸ ਜੀ ਪੀ ਸੀ ਨੇ ਅਲਟੀਮੇਟਲੀ ਇਹ ਕਿਹਾ ਜੀ ਕਿ ਜੀ ਅਸੀਂ ਇਹਨਾਂ ਦੇ ਕੋਲ ਪੇਸ਼ ਨਹੀਂ ਹੋਣਾ ਜੀ ਸਾਡੇ ਕੋਲ ਐਸ ਜੀ ਪੀ ਸੀ ਦਾ ਨੋਰਮਲੀ ਕੋਰਟ ਦੇ ਵਿੱਚ ਜਾ ਕੇ ਆਪਣੇ ਫਾਈਲ ਵੀ ਕਰਦੀ ਨੇ ਕੇਸਿਸ ਸੇਮ ਤਾਂ ਉਹ ਸਾਰੀ ਜਿਹੜੀ ਸੀ ਇਸ ਤਰ੍ਹਾਂ ਨੋਨ ਕੋਆਪਰੇਸ਼ਨ ਸੀ ਫਿਰ ਉਹ ਜਿਹੜਾ ਮਤਾ ਸੀ ਜਿਹੜਾ ਅਕਾਲ ਤਖ਼ਤ ਨੇ ਉਹਨੂੰ ਮਾਫ਼ ਕੀਤਾ ਸੀ ਡੇਰਾ ਸੱਚਾ ਸੌਦਾ ਦੇ ਸਾਧ ਨੂੰ ਉਹ ਮਤਾ ਮੇਰੇ ਕੋਲ ਫਿਰ ਜਿਹੜੇ ਗਿਆਨੀ ਇੱਕ ਜਿਹੜੇ ਤਲਵੰਡੀ ਸਾਬੂ ਦੇ ਜਥੇਦਾਰ ਸੀ ਉਹਨਾਂ ਦੇ ਭਰਾ ਨੇ ਆ ਕੇ ਮੇਰੇ ਸਾਹਮਣੇ ਪੇਸ਼ ਕੀਤਾ ਹੋਰ ਵੀ ਮੇਰੇ ਕੋਲ ਤਰੀਕੇ ਨਾਲ ਆ ਗਿਆ ਔਰ ਹੋਰ ਵੀ ਜਿਹੜੀਆਂ ਗੱਲਾਂ ਆਈਆਂ ਕਿ ਐਸ ਜੀ ਪੀ ਸੀ ਨੇ ਇੱਕ 90 ਲੱਖ ਦਾ ਇਸ਼ਤਿਹਾਰ ਦਿੱਤਾ ਇਹ ਜਸਟੀਫਾਈ ਕਰਦੇ ਹੋਏ ਮਾਫ਼ੀ ਉਹ ਚਿੱਠੀਆਂ ਉਹ ਜਿਹੜੀਆਂ ਫਿਰ ਮੇਰੀ ਫਾਈਂਡਿੰਗ ਇਹ ਹੈ ਕਿ ਜੀ ਉਹ ਜਥੇਦਾਰ ਅਕਾਲ ਤਖ਼ਤ ਨੂੰ ਐਸ ਪਰ ਦੀ ਐਵੀਡੈਂਸ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਘਰ ਬੁਲਾਇਆ ਗਿਆ ਕੋਠੀ 'ਚ ਜਦੋਂ ਚੀਫ ਮਿਨਿਸਟਰ ਦੇ ਔਰ ਉਹਨਾਂ ਨੂੰ ਇੱਕ ਚਿੱਠੀ ਦਿੱਤੀ ਗਈ ਅਤੇ ਕਿਹਾ ਗਿਆ ਕਿ ਤੁਸੀਂ ਇਹ ਚਿੱਠੀ 'ਤੇ ਜਾ ਕੇ ਡੇਰਾ ਸੱਚਾ ਸੌਦਾ ਨੂੰ ਮਾਫ਼ੀ ਦਿਓ ਔਰ 2 ਦਿਨਾਂ ਦੇ ਵਿੱਚ ਉਹਨੂੰ ਮਾਫ਼ੀ ਹੋ ਗਈ ਜਿਹਦੇ ਕਰਕੇ ਫਿਰ ਸਾਰਾ ਮਾਹੌਲ ਵਿਗੜ ਗਿਆ ਔਰ ਜੇ ਸਾਰੀਆਂ ਜਿਹੜੀਆਂ ਘਟਨਾਵਾਂ ਜਿਹੜੀਆਂ ਬੇਅਦਬੀ ਦੀਆਂ ਹੋਈਆਂ ਔਰ ਉਹਦਾ ਜਿਹੜਾ ਆਫਟਰਮੈਥ ਹੋਇਆ ਅਤੇ ਫਿਰ ਉਹ ਮਤਾ ਫਿਰ ਉਹਦੇ ਮਾਫ਼ੀ ਵਿਦਡਰਾਅ ਵੀ ਹੋਈ ਮਤਲਬ ਇਹ ਸਾਰਾ ਇਸ ਕਰਕੇ ਬੜਾ ਇੰਪੋਰਟੈਂਟ ਇਸ਼ੂ ਸੀ ਜਿਹਦੇ ਕਰਕੇ ਮੈਨੂੰ ਕੋਆਪਰੇਸ਼ਨ ਨਹੀਂ ਮਿਲੀ ਸਰ ਜਿਹੜਾ ਬਲਾਤਕਾਰੀ ਡੇਰਾ ਸਿਰਸਾ ਦਾ ਮੁਖੀ ਹੈ ਰਾਮ ਰਹੀਮ ਜਿਹੜਾ ਇਸ ਵਕਤ ਜੇਲ੍ਹ ਵਿੱਚ ਹੈ ਤੁਹਾਡੀ ਫਾਈਂਡਿੰਗ ਵਿੱਚ ਕੀ ਉਹ ਵੀ ਦੋਸ਼ੀ ਹੈ
देखो जी, मेरी फाइंडिंग ये है कि ये जड़ी बेदबी दी जिन्ने भी कार कार अपना जड़े गुरजवार सिंह वाला बरगाड़ी मलके ये जिन्ने भी उस एरिए दे विच ये बेदबी दे कांड हुए ओदी जिम्मेवारी डेरा सच्चा सौदा दी सी। डेरा सच्चा सौदा दे बहुत उच्च उत पदवी दे जड़े ओदे नाल बिल्कुल ओदे राइट हैंड परसन सी वो जिम्मेवार सी जड़ी साडी एविडेंस दे मुताबिक उन्हां दा आया। एक जड़ा बिट्टू करके जिन्हों जड़ी बाद विच डेथ हो गई पुलिस अपना अपना उदे जेल दे विच उदा कन्फेशन है, उसने सब कुछ मन्या होया कि किथे किस तरह फैसला होया, ये बेदबियां करन दा की कारण सी और किन्ने किन्ने फैसला कौन जिम्मेवार है, ये सारियां गल्लां मैं समझदा हां कि बेदबी जड़ी सी ये ऑर्गेनाइज्ड तरीके नाल कराई गई सी और डेरे सच्चे सौदे तों होई सी। ਤੁਸੀਂ ਬਿੱਟੂ ਦਾ ਜ਼ਿਕਰ ਕਰ ਲਿਆ ਤੇ ਸੁਰਜੀਤ ਸਿੰਘ ਦੀ ਵੀ ਜ਼ਿਕਰ ਕਰਦੇ ਹੋ, ਬਹਿਬਲ ਕਲਾ ਗੋਲੀਕਾਂਡ ਦਾ ਜਿਹੜਾ ਗਵਾਹ ਸੀ, ਤੁਸੀਂ ਉਸ ਬਾਬਤ ਚਿੱਠੀ ਵੀ ਲਿਖੀ ਸੀ। ਸਰ ਇਹ ਦੋ ਬੰਦੇ ਮਰ ਗਏ ਆ, ਤੁਹਾਨੂੰ ਕੋਈ ਇਸ ਮਾਮਲੇ ਦਾ ਹੱਲ ਨਿਕਲਦਾ ਨਜ਼ਰ ਆਉਂਦਾ? ਜੀ, ਹੱਲ ਤਾਂ ਅਦਾਲਤ 'ਚ ਨਿਕਲੇਗਾ। ਦੋ ਹੱਲ ਹੋ ਸਕਦੇ ਇਸ ਮਾਮਲੇ ਦੇ। ਇੱਕ ਤਾਂ ਜਿਹੜੀ ਚਾਰਜਸ਼ੀਟ ਫਾਈਲ ਕੀਤੀ ਜਿਹੜੇ ਜ਼ਿੰਮੇਵਾਰ ਪੁਲਿਸ ਅਫਸਰਸ ਨੇ ਉਹਨਾਂ ਨੂੰ ਉੱਥੇ ਟ੍ਰਾਇਲ ਹੋਵੇ। ਬੇਅਦਬੀ ਦੇ ਜਿਹੜੀ ਕੇਸਿਸ ਨੇ ਉਹ ਜਿਹੜੀ ਖਟਰਾ ਸਾਹਿਬ ਦੀ ਸਿੱਟ ਇਨਵੈਸਟੀਗੇਟ ਕਰ ਰਹੀ ਸੀ, ਉਹਨੂੰ ਵੀ ਹਾਈ ਕੋਰਟ ਨੇ ਖੱਟਰਾ ਸਾਹਿਬ ਨੂੰ ਚੇਂਜ ਕਰਕੇ ਅਤੇ ਹੁਣ ਉਹ ਆਈ ਜੀ ਮੇਰਾ ਖਿਆਲ ਬਾਰਡਰ ਰੇਂਜ ਨੇ, ਉਹ ਇਹਨੂੰ ਲੁਕਆਫਟਰ ਕਰ ਰਹੇ ਨੇ। ਉਹ ਮੇਰੇ ਵਿਚਾਰ ਨਾਲ ਉਹ ਸਫੀਸ਼ੀਐਂਟ ਐਵੀਡੈਂਸ ਹੈ ਜਿਹੜੀ ਬੇਦਬੀ ਦੇ ਮਾਮਲਿਆਂ 'ਚ ਵੀ ਕੰਕਲੂਸਿਵ ਨਤੀਜਾ ਨਿਕਲ ਸਕਦਾ ਹੈ ਔਰ ਪੁਲਿਸ ਅਫਸਰ ਜਿਹੜੇ ਜ਼ਿੰਮੇਵਾਰ ਨੇ ਇਸ ਗੋਲੀ ਚਲਾਉਣ ਦੇ, ਜਿਵੇਂ ਦੋ ਬੰਦੇ ਮਰੇ ਨੇ, 7-8 ਦੇ ਕਰੀਬ ਗੋਲੀ ਨਾਲ ਜ਼ਖਮੀ ਹੋਏ ਨੇ ਉੱਥੇ ਬਹਿਬਲ ਕਲਾਂ, ਉਹਦੇ 'ਚੋਂ ਕਈ ਬੜੇ ਸੀਰੀਅਸਲੀ ਜ਼ਖਮੀ ਹੋਏ, ਬੜਾ ਉਹਨਾਂ ਦਾ ਨੁਕਸਾਨ ਹੋਇਆ। ਉਹਨਾਂ ਦੇ ਖਿਲਾਫ਼ ਸਫੀਸ਼ੀਐਂਟ ਐਵੀਡੈਂਸ ਹੈ ਕਿ ਉਹਨਾਂ ਦੀ ਜੋ ਵੀ ਹੈ ਕਾਰਵਾਈ ਜਿਹੜੀ ਸੀ, ਉਹਨਾਂ ਦੀ ਗੈਰ ਕਾਨੂੰਨੀ ਕਾਰਵਾਈ ਸੀ, ਉਹਨੂੰ ਇੰਜਾਮ ਤੇ ਪਹੁੰਚਾਇਆ ਜਾ ਸਕੇ। ਚਰਨਜੀਤ ਸ਼ਰਮਾ, ਇਸ ਪੂਰੇ ਘਟਨਾਕ੍ਰਮ ਦੇ ਵਿਚਾਲੇ ਉੱਥੇ ਡਿੱਗ ਪਏ ਸੀ, ਤੁਹਾਡੇ ਕੋਲ ਇਹੋ ਜਿਹੀ ਸੂਚਨਾ ਮਿਲੀ ਹੈ? ਕੁਝ ਇੰਡੀਕੇਸ਼ਨ ਸੀ ਕਿ ਉਹ ਡਿੱਗੇ ਨਹੀਂ ਸੀ, ਉਹਨਾਂ ਨੇ ਇੱਦਾਂ ਦੀ ਗੱਲ ਸੀ ਕਿ ਉਹਨਾਂ ਨੇ ਬਿਨਾਂ ਵਜ੍ਹਾ ਤੋਂ ਜਾ ਕੇ ਜਿਹੜੇ ਉੱਥੇ ਬਹਿਬਲ ਕਲਾਂ ਬੈਠੇ ਹੋਏ ਸੀ ਲੋਕੀ ਧਰਨੇ ਤੇ, ਬੜੇ ਪੀਸਫੁਲੀ ਬੈਠੇ ਸੀ ਉਹ ਔਰ ਲਿੰਕ ਰੋਡ ਤੇ ਬੈਠੇ ਸੀ। ਇਹਨਾਂ ਨੇ ਜਾ ਕੇ ਜਦੋਂ ਇਹ ਫਰੀਦਕੋਟ ਵਾਲਾ ਇਹਨਾਂ ਨੇ ਧਰਨਾ ਉਠਵਾ ਲਿਆ ਨਾ ਗੋਲੀ ਗਾਲੀ ਚਲਾ ਕੇ, ਇਹ ਥੋੜੇ ਬੜੇ ਬੋਲਡਨ ਹੋ ਗਏ ਕਿ ਅਸੀਂ ਐਡਾ ਵੱਡਾ ਧਰਨਾ ਉੱਥੋਂ ਚੁਕਾਤਾ ਹੈ ਕਿ ਪਿੰਡ ਦੇ ਵਿੱਚ 100-200 ਬੰਦਾ ਬੈਠਾ। ਇਹਨਾਂ ਨੇ ਜਾ ਕੇ ਉਹਨਾਂ ਨਾਲ ਬਦਤਮੀਜ਼ੀ ਕੀਤੀ, ਉਹਨਾਂ ਨੂੰ ਡਾਂਗਾ ਡੂੰਗਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਇਸ ਕਰਕੇ ਉਹ ਵਿਵਾਦ ਹੋਇਆ, ਸ਼ਾਇਦ ਉਹ ਸਲਿਪ ਕਰ ਗਏ ਜਾਂ ਕੀ ਹੋ ਗਿਆ ਤੇ ਉਹ ਗੋਲੀ ਚੱਲੀ ਤੇ ਦੋ ਬੰਦੇ ਬੜੇ ਕਲੋਜ਼ ਰੇਂਜ ਤੋਂ ਮਰੇ ਨੇ ਔਰ ਦੋਨਾਂ ਬੰਦਿਆਂ ਨੂੰ ਗੋਲੀ ਇਸ ਤਰ੍ਹਾਂ ਵੱਜੀ ਸੀ ਕਿ ਉਹ ਬੈਠੇ ਪਏ ਸੀ ਤੇ ਉੱਤੋਂ ਕਿਸੇ ਨੇ ਗੋਲੀ ਚਲਾ ਕੇ ਇੰਜ ਮਾਰਿਆ। ਬੁਲਟ ਟਰੇਸ ਫਰੋਮ ਅਪਵਰਡ ਡਾਊਨਵਰਡ ਔਰ ਬੜੇ ਕਲੋਜ਼ ਰੇਂਜ ਤੋਂ, ਬਲੈਕਨਿੰਗ ਸੀ ਬੋਲ, ਮਤਲਬ ਬੜਾ ਜਿੱਦਾਂ ਕਰਕੇ ਕਿਸੇ ਨੇ ਰੱਖ ਕੇ ਮਾਰੀ ਹੁੰਦੀ ਗੋਲੀ। ਠੀਕ ਸਰ, ਇਸ ਕਰਕੇ ਉਹ ਤਾਂ ਜ਼ਿੰਮੇਵਾਰੀ ਹੈ ਹੀ ਹੈ ਉਹਨਾਂ। ਸਰ, ਤੁਸੀਂ ਇੱਕ ਗੱਲ ਵਾਰ ਵਾਰ ਕਹਿ ਰਹੇ ਹੋ ਕਿ ਉਸ ਵੇਲੇ ਦੇ ਚੀਫ ਮਿਨਿਸਟਰ ਦੇ ਨਾਲ ਗੱਲਬਾਤ ਹੋ ਰਹੀ ਸੀ, DGP ਤੱਕ ਦਾ ਤੁਸੀਂ ਨਾਮ ਲਿਆ ਉਸ ਪੂਰੇ ਮਾਮਲੇ ਦੇ ਵਿੱਚ, ਪਰਮਰਾਜ ਸਿੰਘ ਉਮਰਾ ਨੰਗਲ, ਸਮੇਧ ਸੈਣੀ, ਸਾਰਿਆਂ ਦਾ ਜ਼ਿਕਰ ਤੁਸੀਂ ਕਰਦੇ ਹੋ ਤੁਹਾਡੀ ਰਿਪੋਰਟ ਦੇ ਵਿੱਚ, ਸਭ ਕੁਝ ਮੈਨਸ਼ਨ ਹੈਗਾ ਰਣਜੀਤ ਸਿੰਘ ਜੀ। ਸਰ, CM ਦੇ ਆਰਡਰ ਸੀ, ਇਸ ਨੂੰ ਜਸਟੀਫਾਈ ਕੀਤਾ ਜਾ ਸਕਦਾ ਹੈ? ਤੁਹਾਡੀ ਰਿਪੋਰਟ ਜਸਟੀਫਾਈ ਕਰ ਪਾਊਗੀ ਜਾਂ ਪੁਲਿਸ ਦੀ ਇਨਕੁਆਇਰੀ? ਦੇਖੋ, ਗੱਲ ਇਸ ਤਰ੍ਹਾਂ ਜੀ ਕਿ ਜੋ ਮੇਰੇ ਕੋਲ ਐਵੀਡੈਂਸ ਆਈ ਸੀ, ਪਹਿਲਾਂ ਤਾਂ ਸੈਣੀ ਸਾਹਿਬ ਕੋਆਪਰੇਟ ਨਹੀਂ ਸੀ ਕਰ ਰਹੇ, ਪਰ ਜਦੋਂ ਐਂਡ ਤੇ ਜਾ ਕੇ ਉਹਨਾਂ ਨੇ ਇੱਕ ਮੈਨੂੰ ਐਫੀਡੈਵਿਟ ਫਾਈਲ ਕੀਤਾ, ਚਿੱਠੀ ਲਿਖੀ ਕਿ ਜੀ ਰਾਤ ਦੇ 2 ਵਜੇ ਮੈਨੂੰ ਚੀਫ ਮਿਨਿਸਟਰ ਦਾ ਫੋਨ ਆਇਆ, ਉਹਨਾਂ ਨੇ ਮੈਨੂੰ ਪੁੱਛਿਆ ਵੀ ਉੱਥੇ ਕੀ ਹਾਲਾਤ ਨੇ ਔਰ ਤੁਸੀਂ ਕੀ ਕਰ ਰਹੇ ਹੋ। ਉਹਨਾਂ ਨੇ ਅੱਗੇ ਇਹ ਨਹੀਂ ਦੱਸਿਆ ਕਿ ਚੀਫ ਮਿਨਿਸਟਰ ਨੇ ਮੈਨੂੰ ਕੀ ਕਿਹਾ, ਪਰ ਜਿਹੜੀ ਕਨੈਕਟਿੰਗ ਐਵੀਡੈਂਸ ਆਈ ਕਿ ਚੀਫ ਮਿਨਿਸਟਰ ਸਾਹਿਬ ਨੇ ਫਿਰ DGP ਨੂੰ ਫੋਨ ਕੀਤਾ ਕਿ ਡਿਪਟੀ ਕਮਿਸ਼ਨਰ ਨਾਲ ਗੱਲ ਕਰ ਲਓ ਤੁਸੀਂ। ਉਹਨਾਂ ਨੇ ਜਦੋਂ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ DGP ਸੈਣੀ ਨੇ, ਤੇ ਉਹਨੇ ਡਿਪਟੀ ਕਮਿਸ਼ਨਰ ਨੂੰ ਕਿਹਾ ਤੁਸੀਂ ਘਬਰਾਓ ਨਹੀਂ, ਮੈਂ ਤੁਹਾਨੂੰ 10 ਮਿੰਟ ਸ਼ਹਿਰ ਖਾਲੀ ਕਰਾ ਦੇਵਾਂਗਾ। ਤੋ ਮੇਰਾ ਇਨਫਰੈਂਸ ਇਹ ਹੈ ਕਿ ਉਹਨਾਂ ਨੇ ਜਦੋਂ ਚੀਫ ਮਿਨਿਸਟਰ ਤੇ DGP ਦੀ ਗੱਲ ਹੋਈ, ਉਹਨਾਂ ਨੇ ਉਹਨਾਂ ਨੂੰ ਕਿਹਾ ਜੀ ਤੁਸੀਂ ਚੁੱਪ ਕਰੋ ਮੈਂ ਸ਼ਹਿਰ ਖਾਲੀ ਕਰਾ ਦੂੰਗਾ, ਉਹਨਾਂ ਨੇ ਗੋਲੀ ਚਲਾ ਕੇ ਕਰਲੀ ਕਰਨੀ ਕਿਹਾ ਜਾਂ ਕੀ ਕਿਹਾ, ਬਾਦਲ ਸਾਹਿਬ ਤਾਂ ਮੇਰੇ ਕੋਲ ਆਏ ਨਹੀਂ। ਪਰ ਇਨਫਰੈਂਸ ਇਹ ਆਇਆ ਕਿ ਜੇ ਬਾਦਲ ਸਾਹਿਬ ਜਾਂ ਤਾਂ ਉਹਨੂੰ ਕਹਿ ਦਿੰਦੇ ਵੀ ਨਹੀਂ ਵੀ ਉਹਨਾਂ ਨੂੰ ਬੈਠੇ ਰਹਿਣ ਦੇ, ਤੂੰ ਕੁਛ ਨਾ ਕਰ, ਜੇ ਉਹਨੇ ਕਿਹਾ ਮੈਂ 10 ਮਿੰਟ ਸ਼ਹਿਰ ਖਾਲੀ ਕਰਾ ਦੂੰਗਾ, ਜਦੋਂ ਬਾਦਲ ਸਾਹਿਬ ਨੇ ਕਿਹਾ DC ਨੂੰ ਵੀ ਤੁਸੀਂ DGP ਨਾਲ ਗੱਲ ਕਰੋ, ਤੇ ਉਹਨੇ ਕਿਹਾ ਮੈਂ 10 ਮਿੰਟ ਸ਼ਹਿਰ ਖਾਲੀ ਕਰਾ ਦੂੰਗਾ। ਓਬਵੀਅਸਲੀ DGP ਨੇ ਇਹੀ ਗੱਲ ਉਹਨਾਂ ਨੂੰ ਚੀਫ ਮਿਨਿਸਟਰ ਨੂੰ ਕਹੀ ਹੋਏਗੀ, ਚੀਫ ਮਿਨਿਸਟਰ ਨੇ ਰੋਕਿਆ ਨਹੀਂ ਉਹਨਾਂ ਨੂੰ, ਜ਼ਿੰਮੇਵਾਰੀ ਬਣਦੀ ਹੈ ਉਹਨਾਂ ਦੀ ਫਿਰ ਤਾਂ। ਇੱਕ ਪੋਲੀਟੀਕਲ ਇਲਜ਼ਾਮ ਤਰਾਸ਼ੀਆਂ ਹੋ ਰਹੀਆਂ ਰਣਜੀਤ ਸਿੰਘ ਜੀ ਕਿ ਆਪਸ 'ਚ ਮਿਲੇ ਹੋਏ ਆ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਹਰੀ, ਤੁਸੀਂ ਇਸ ਗੱਲ ਨੂੰ ਮੰਨਦੇ ਹੋ? ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਜੀ, ਕਿਉਂਕਿ ਨਾ ਮੈਨੂੰ ਕੋਈ ਨੌਲੇਜ ਹੈ ਇਸ ਗੱਲ ਦੀ,
ਨਾ ਮੈਂ ਇਹਦੇ ਬਾਰੇ ਕੋਈ ਕੰਪੀਟੈਂਟ ਹਾਂ ਕਿ ਮੈਂ ਇਹ ਕਹਾਂ ਕਿ ਮਿਲੇ ਹੋਏ ਕਿ ਨਹੀਂ, ਇਹ ਪੋਲੀਟੀਕਲ ਸਟੇਟਮੈਂਟ ਹੈ, ਲੋਕਾਂ ਦੀ ਪੋਲੀਟੀਕਲ ਗੱਲਾਂ ਨੇ। ਮੈਂ ਤਾਂ ਇੱਕ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਐਜ਼ ਅ ਚੇਅਰਮੈਨ ਆਫ ਅ ਕਮਿਸ਼ਨ ਆਫ ਇਨਕੁਆਇਰੀਜ਼ ਐਕਟ, ਔਰ ਮੈਂ ਕਾਨੂੰਨ ਦੇ ਮੁਤਾਬਿਕ ਜੋ ਮੰਨ ਸਕਦਾ ਸੀ ਮੈਂ ਜੋ ਆਪਣੇ ਤੱਤ ਕੱਢੇ ਨੇ ਮੈਂ ਉਹਨਾਂ 'ਤੇ ਕਾਇਮ ਹਾਂ। ਰਿਟਾਇਰਡ ਜਸਟਿਸ ਤੋਂ ਇਨਕੁਆਇਰੀ ਹੋਣੀ ਚਾਹੀਦੀ ਹੈ ਜਾਂ ਸਿਟਿੰਗ ਜੱਜ ਤੋਂ ਇਨਕੁਆਇਰੀ ਹੋਣੀ ਚਾਹੀਦੀ ਹੈ? ਤੁਸੀਂ ਕਿਸੇ ਤੋਂ ਵੀ ਹੋ ਸਕਦੀ ਹੈ, ਰਿਟਾਇਰਡ ਤੋਂ ਵੀ ਹੋ ਸਕਦੀ ਹੈ, ਸਿਟਿੰਗ ਤੋਂ ਵੀ ਹੋ ਸਕਦੀ ਹੈ। ਸਿਟਿੰਗ ਵਾਸਤੇ ਸਪੇਅਰ ਮੰਗਣਾ ਪੈਂਦਾ ਹੈ, ਚੀਫ ਜਸਟਿਸ ਨੂੰ ਕਹਿਣਾ ਪੈਂਦਾ ਕਿ ਜੱਜ ਸਪੇਅਰ ਕਰੋ, ਅਤੇ ਰਿਟਾਇਰਡ ਵਾਸਤੇ ਅਤੇ ਜੋ ਮੰਨ ਜਾਵੇ ਕੋਈ ਵੀ ਰਿਟਾਇਰਡ ਜੱਜ ਇਨਕੁਆਇਰੀ ਕਰਨ ਵਾਸਤੇ ਮੰਨ ਜਾਏ ਉਹਨੂੰ ਅਪੁਆਇੰਟ ਕੀਤਾ ਜਾ ਸਕਦਾ। ਤੁਹਾਡੇ 'ਤੇ ਇਲਜ਼ਾਮ ਇੰਨੇ ਕਿਉਂ ਲੱਗਦੇ ਰਹੇ ਰਣਜੀਤ ਸਿੰਘ ਜੀ? ਉਸ ਬਾਬਤ ਕਦੇ ਅਫਸੋਸ ਹੁੰਦਾ ਹੈ? ਤੁਹਾਡੇ ਕਮਿਸ਼ਨ 'ਤੇ ਸਵਾਲ ਉੱਠਦੇ ਰਹੇ ਹੈ ਕਿ ਸਿਆਸੀ ਕਮਿਸ਼ਨ ਬਣਾਇਆ ਗਿਆ। ਅੱਛਾ ਮੈਨੂੰ ਇਹ ਦੱਸਣ ਨਾ, ਮੇਰੇ 'ਤੇ ਇਲਜ਼ਾਮ ਲਾਉਂਦੇ ਨੇ, ਮੇਰੇ ਦੱਸਣ ਸਹੀ ਮੇਰੀ ਕਿਸ ਕਮਿਸ਼ਨ ਦੀ ਫਾਈਂਡਿੰਗ 'ਤੇ ਆਪੱਤੀ ਹੈ ਅਤੇ ਕਿਸੇ ਨੂੰ ਕੀ ਆਪੱਤੀ ਹੈ? ਇੱਕ ਵੀ ਦੱਸਣ ਮੇਰੀ ਗੱਲ 'ਤੇ ਵੀ ਮੇਰੀ ਫਾਈਂਡਿੰਗ ਜਿਹੜੀ ਹੈ ਉਹਦੇ 'ਚ ਗਲਤ ਕੀ ਹੈ। ਮੈਂ ਕਿਹਾ ਜੀ ਕਿ ਕੋਟਕਪੂਰੇ ਦੇ ਵਿੱਚ ਪੁਲਿਸ ਜ਼ਿੰਮੇਵਾਰ ਸੀ ਸਿਚੁਏਸ਼ਨ ਦੀ, ਲੋਕ ਪੀਸਫੁਲੀ ਧਰਨੇ ਨਾਲ ਬੈਠੇ ਸੀ। ਕਿਹਾ ਕਿਸੇ ਪੋਲੀਟੀਕਲ ਆਦਮੀ ਨੂੰ ਇਸ ਗੱਲ 'ਤੇ ਕੋਈ ਕਿੰਤੂ ਪਰੰਤੂ ਹੈ? ਮੈਂ ਮੇਰੀ ਸੈਕਿੰਡ ਫਾਈਂਡਿੰਗ ਹੈ ਕਿ ਬਹਿਬਲ ਕਲਾਂ ਵਿੱਚ ਪੀਸਫੁਲੀ ਲੋਕ ਬੈਠੇ ਸੀ, ਉੱਥੇ ਪੁਲਿਸ ਨੇ ਜਾਸਤੀ ਕੀਤੀ, ਦੋ ਬੰਦੇ ਮਾਰਤੇ ਅਤੇ 7 ਬੰਦਿਆਂ ਨੂੰ ਗੋਲੀਆਂ ਮਾਰ ਦਿੱਤੀਆਂ। ਕੀ ਕਿਸੇ ਨੂੰ ਇਸ 'ਤੇ ਕਿੰਤੂ ਪਰੰਤੂ ਹੈ? ਮੈਂ ਕਿਹਾ ਜੀ ਕਿ ਦੇਰਾ ਸੌਦਾ ਸੱਚੇ ਸੌਦੇ ਨੂੰ ਮਾਫ਼ੀ ਦਿੱਤੀ ਗਈ ਚੀਫ ਮਿਨਿਸਟਰ ਦੇ ਘਰੋਂ, ਕਿਆ ਇਸ 'ਤੇ ਆਪੱਤੀ ਹੈ? ਮੈਂ ਕਿਹਾ ਜੀ ਚੀਫ ਮਿਨਿਸਟਰ ਨੇ ਰਾਤ ਨੂੰ 2 ਵਜੇ DGP ਨਾਲ ਗੱਲ ਕੀਤੀ, ਕਿਆ ਇਸ 'ਤੇ ਕੋਈ ਆਪੱਤੀ ਹੈ? ਦੱਸਣ ਤਾਂ ਸਹੀ ਕਿਹੜੀ ਫਾਈਂਡਿੰਗ ਹੈ ਮੇਰੀ ਪੋਲੀਟੀਕਲ 'ਤੇ, ਕਿਹੜੀ ਫਾਈਂਡਿੰਗ 'ਤੇ ਇਹਨਾਂ ਨੂੰ ਕੋਈ ਆਪੱਤੀ ਹੈ? ਦੱਸਣ ਸਹੀ, ਕੋਈ ਆ ਕੇ ਦੱਸੇ ਮੈਨੂੰ। ਇਹ ਕਹਿ ਦੇਣਾ ਕਿ ਜੀ ਇਹ ਪੋਲੀਟੀਕਲ ਕਮਿਸ਼ਨ ਸੀ ਜਾਂ ਕੇ ਸੀ, ਦੱਸਣ ਤਾਂ ਸਹੀ ਪੋਲੀਟੀਕਲ ਫਾਈਂਡਿੰਗ ਕੀ ਹੈ ਮੇਰੀ? ਕਿਆ ਚੀਫ ਮਿਨਿਸਟਰ ਬਾਦਲ ਆ ਕੇ ਕਵੇ ਕਿ ਮੈਂ ਰਾਤ ਨੂੰ ਨਹੀਂ ਗੱਲ ਕੀਤੀ, ਮੇਰੇ ਕੋਲ ਆ ਕੇ ਦੱਸਦਾ, ਮੈਂ ਆਪਣੀ ਫਾਈਂਡਿੰਗ ਅਕੋਰਡਿੰਗਲੀ ਉਹਦੀ ਵੇ ਕਰਦਾ ਉਹਦੀ ਐਵੀਡੈਂਸ ਨੂੰ। DGP ਨੇ ਕਿਹਾ ਮੈਨੂੰ ਰਾਤ ਨੂੰ 2 ਵਜੇ ਗੱਲ ਹੋਈ, ਡੈਪਟੀ ਕਮਿਸ਼ਨਰ ਨੇ ਮੇਰੇ ਨਾਲ ਐਵੀਡੈਂਸ ਦਿੱਤੀ ਹੈ, ਉਹਨੇ ਕਿਹਾ DGP ਨਾਲ ਮੇਰੀ ਗੱਲ ਹੋਈ, ਮਨਤਾਰ ਬਰਾੜ ਦੇ ਟੈਲੀਫੋਨ 'ਤੇ ਗੱਲ ਹੋਈ। ਇਹ ਸਾਰੀਆਂ ਗੱਲਾਂ ਜਿਹੜੇ ਕੋਲ ਰਿਕਾਰਡ ਪਰੂਫ ਹੋਏ ਨੇ ਕਮਿਸ਼ਨ ਦੇ ਇਨਕੁਆਇਰੀ ਦੇ ਐਕਟ, ਕਿਹੜੀ ਫਾਈਂਡਿੰਗ 'ਤੇ ਪੱਤੀ ਹੈ ਇਹਨਾਂ ਨੂੰ? ਮੈਂ ਇਹਨਾਂ ਨੂੰ ਕਿਹਾ ਵੀ ਚਿੱਠੀ ਕਿੱਥੋਂ ਆਈ, ਹਿੰਦੀ 'ਚ ਚਿੱਠੀ ਸੀ, ਪੰਜਾਬੀ 'ਚ ਕਿੱਥੋਂ ਆਈ? ਅਕਾਲ ਤਖਤ ਜਥੇ ਇਹ ਕਹਿਣਗੇ ਅਕਾਲ ਤਖਤ ਜਥੇਦਾਰ ਨੂੰ ਅਸੀਂ ਨਹੀਂ ਬੁਲਾਇਆ, ਕਹਿ ਸਕਦੇ ਨੇ ਕਿਹੜੀ ਫਾਈਂਡਿੰਗ 'ਤੇ ਇਹਨਾਂ ਨੂੰ ਪੱਤੀ ਹੈ ਮੇਰੀ? ਇਹ ਤਾਂ ਇੱਕ ਟੋਟਲ ਐਵੇਂ ਗੱਲ ਬਣਾ ਲਈ ਪੋਲੀਟੀਕਲ ਜੀ, ਪੋਲੀਟੀਕਲ ਵਾਟ ਇਜ਼ ਪੋਲੀਟੀਕਲ ਇਨ ਇਟ? ਆਈ ਹੈਵ ਡਨ ਮਾਈ ਡਿਊਟੀ ਅਕੋਰਡਿੰਗ ਟੂ ਮਾਈ ਕੌਨਸ਼ੀਅੰਸ, ਆਈ ਵਾਜ਼ ਰਿਸਪੋਨਸੀਬਲ ਟੂ ਦੀ ਗੋਡ ਐਂਡ ਟੂ ਦੀ ਪਬਲਿਕ ਐਟ ਲਾਰਜ। ਇਸ ਇਨਕੁਆਇਰੀ ਕਰਨ ਦਾ ਕਦੇ ਰਣਜੀਤ ਸਿੰਘ ਹਰਾਂ ਨੂੰ ਅਫਸੋਸ ਰਹੂਗਾ ਜਾਂ ਸੰਤੁਸ਼ਟੀ ਰਹੂਗੀ, ਕੀ ਰਹੂਗਾ ਤੁਹਾਨੂੰ? ਮੈਨੂੰ ਬਿਲਕੁਲ ਕੋਈ ਅਫਸੋਸ ਨਹੀਂ ਹੈ। ਇੱਕ ਜੱਜ ਜਿਹੜਾ ਕੋਈ ਵੀ ਫੈਸਲਾ ਕਰਦਾ ਕਦੀ ਡਰ ਕੇ ਨਹੀਂ ਕਰਨਾ ਚਾਹੀਦਾ ਉਹਨੂੰ, ਔਰ ਮੈਨੂੰ ਪੂਰੀ ਸੰਤੁਸ਼ਟੀ ਹੈ ਕਿਉਂਕਿ ਮੈਂ ਆਪਣੀ ਕੌਨਸ਼ੀਅੰਸ ਨਾਲ ਫੈਸਲਾ ਕੀਤਾ, ਔਰ ਮੈਂ ਇੱਕ ਇੱਕ ਪੱਖ ਜਿਹੜਾ ਮੇਰੀ ਫਾਈਂਡਿੰਗ ਹੈ ਮੈਂ ਉਹਨੂੰ ਆਧਾਰ 'ਤੇ ਪਰੂਫ 'ਤੇ ਕਿਸੇ ਨਾਲ ਵੀ ਬਹਿਸ ਕਰਕੇ ਕਰਨ ਲਈ ਤਿਆਰ ਹਾਂ, ਔਰ ਮੈਂ ਪਰੂਵ ਕਰ ਸਕਦਾ ਕਿ ਮੇਰਾ ਸਭ ਕੁਝ ਜਿਹੜਾ ਮੇਰੀ ਫਾਈਂਡਿੰਗ ਹੈ ਬੇਸਡ ਔਨ ਫੈਕਟਸ ਹੈ। ਕਿਉਂਕਿ ਇਹ ਇਸ ਤੁਸੀਂ ਵਾਰ ਵਾਰ ਕਹਿੰਦੇ ਹੋ ਕਿ ਇਹ ਜਿਹੜਾ ਸਵਾਲ ਹੈ ਇਹ ਵਾਹਿਗੁਰੂ ਦੀ ਕਚਹਿਰੀ ਵਿੱਚ ਜਾ ਕੇ ਮੈਂ ਜਵਾਬ ਦੇਣਾ ਹੈ। ਰਣਜੀਤ ਸਿੰਘ ਜੀ, ਮੈਂ ਇਸ ਕਰਕੇ ਸਵਾਲ ਕਰ ਰਿਹਾ ਸੀ ਤੁਹਾਨੂੰ। ਬਿਲਕੁਲ, ਮੈਂ ਕਹਿੰਦਾ ਜੀ, ਮੈਂ ਅੱਜ ਵੀ ਕਹਿੰਦਾ ਕਿ ਮੈਂ ਮੇਰੀ ਇਹ ਮੇਰੇ ਮੇਰੇ ਪ੍ਰਣ ਕੀਤਾ ਸੀ, ਮੈਂ ਆਪਣੇ ਆਪ ਨਾਲ ਅਤੇ ਵਾਹਿਗੁਰੂ ਦੇ ਸਾਹਮਣੇ ਪ੍ਰਣ ਕੀਤਾ ਸੀ ਕਿ ਵਾਹਿਗੁਰੂ ਕੋਈ ਨਜਾਇਜ਼ ਬੰਦਾ ਕਿਸੇ ਤਰ੍ਹਾਂ ਮੇਰੇ ਕੋਲੋਂ ਗਲਤੀ ਨਾਲ ਨਾ ਫਸੇ, ਔਰ ਕੋਈ ਜਾਇਜ਼ ਬੰਦਾ ਜਿਹਨੇ ਕੁਝ ਕੰਮ ਕੀਤਾ ਉਹ ਬਚੇ ਨਾ। ਵਾਹਿਗੁਰੂ ਮੈਨੂੰ, ਮੈਂ ਇਹ ਸ਼ਕਤੀ ਮੰਗੀ ਸੀ ਵਾਹਿਗੁਰੂ ਕੋਲ, ਮੈਂ ਕਿਸੇ ਨੂੰ ਮੇਰਾ ਕਿਸੇ ਨਾਲ ਕੋਈ ਇੰਟਰਸਟ ਨਹੀਂ ਸੀ, ਮੇਰਾ ਕੀ ਲੈਣਾ ਦੇਣਾ ਸੀ ਕਿਸੇ ਨਾਲ? ਮੈਂ ਤਾਂ ਇੱਕ ਪਬਲਿਕ ਸੇਵਾ ਕੀਤੀ ਹੈ, ਪਬਲਿਕ ਦਾ ਕੰਮ ਕੀਤਾ, ਔਰ ਉਹ ਮੇਰੀ ਰਿਪੋਰਟ ਜਿਹੜੀ ਹੈ ਉਹ ਯੂਨੈਨੀਮਸਲੀ ਅਸੈਪਟ ਹੋਈ ਆਪਣਾ ਅਸੈਂਬਲੀ ਦੇ ਵਿੱਚ। ਅਕਾਲੀ ਦਲ ਬਾਈਕਆਊਟ ਕੀਤਾ, ਇਹਨਾਂ ਨੇ ਤਾਂ ਜੋ ਕੁਝ ਕਿਹਾ ਸੀ, ਜੋ ਕੁਝ ਵੀ ਕੀਤਾ ਇਹਨਾਂ ਨੇ ਕਿਹਾ, ਪਰ ਮੇਰੀ ਰਿਪੋਰਟ 'ਤੇ ਆਪੱਤੀ ਕੀ? ਦੱਸਣ ਤਾਂ ਸਹੀ। ਠੀਕ ਹੈ, ਕੁਝ ਆਖਰੀ ਸਵਾਲ ਰਣਜੀਤ ਸਿੰਘ ਜੀ, 129 ਨੰਬਰ FIR, 130 ਨੰਬਰ FIR, ਉਸ ਤੋਂ ਬਾਅਦ 192 ਨੰਬਰ FIR ਦੀ ਜ਼ਰੂਰਤ ਸੀ ਜਾਂ ਉਹਨਾਂ ਦੋਨੋਂ FIR ਦੇ ਵਿੱਚ ਹੀ ਐਡ ਆਨ ਕੀਤਾ ਜਾ ਸਕਦਾ ਸੀ ਸਭ ਕੁਝ? ਬਿਲਕੁਲ ਨਹੀਂ ਕੀਤਾ ਜਾ ਸਕਦਾ ਸੀ ਮੇਰੇ ਵਿਚਾਰ ਨਾਲ, ਕਿਉਂਕਿ ਪੁਲਿਸ ਨੇ ਜਿਹੜੀ FIR ਕੀਤੀ ਸੀ ਉਹ ਪਬਲਿਕ 'ਤੇ ਕੀਤੀ ਸੀ ਕੋਟਕਪੂਰੇ ਵਿੱਚ, ਉਹਦੇ 'ਤੇ ਜਿਹੜਾ ਅਜੀਤ ਸਿੰਘ ਨੂੰ ਗੋਲੀ ਵੱਜੀ ਹੈ ਉਹਦਾ ਜ਼ਿਕਰ ਹੀ ਨਹੀਂ ਸੀ। ਇਹ ਮੇਰੇ ਕੋਲ ਜਦੋਂ ਐਵੀਡੈਂਸ ਦੇਣ ਆਉਂਦੇ ਸੀ, ਹਾਂਜੀ ਗੋਲੀ ਵੱਜੀ ਉੱਥੇ ਕਿਸੇ ਨੂੰ, ਔਰ ਉਸ ਬੰਦੇ ਨੂੰ ਇੰਨੀ ਸੀਰੀਅਸ ਇੰਜਰੀ ਹੋਈ ਸੀ, ਉਹਨੂੰ ਪਹਿਲਾਂ ਲੈ ਕੇ ਗਏ ਸਿਵਲ ਹੋਸਪਿਟਲ 'ਚ ਕੋਟਕਪੂਰੇ, ਉੱਥੇ ਡੈਪਟੀ ਕਮਿਸ਼ਨਰ ਨੇ ਦੇਖਿਆ, ਡਾਕਟਰ ਨਾਲ ਜਾ ਕੇ ਗੱਲ ਕੀਤੀ, ਡਾਕਟਰ ਨੇ ਕਿਹਾ ਜੀ ਕਿ ਬੰਦਾ ਮਰ ਜਾਏਗਾ ਜੇ ਇਹਨੂੰ ਇੱਥੇ ਅਸੀਂ ਇਹਨੂੰ ਇਲਾਜ ਨਾ ਹੋਇਆ। ਉਹਨੂੰ ਡੈਪਟੀ ਕਮਿਸ਼ਨਰ ਨੇ ਆਪਣੇ ਅੰਡਰ ਸੁਪਰਵਿਜ਼ਨ ਉਹਨੂੰ ਲੁਧਿਆਣੇ ਟ੍ਰਾਂਸਫਰ ਕੀਤਾ, ਔਰ ਉੱਥੇ ਉਹਦੇ ਸੀਰੀਅਸ ਆਪਰੇਸ਼ਨ ਹੋਏ, ਔਰ 19 ਸਾਲ ਦਾ ਬੰਦਾ ਸੀ, ਉਹਦੀ ਬਿਲਕੁਲ ਹੈਂਡੀਕੈਪ ਹੋ ਗਈ ਇੱਕ ਲੱਤ, ਔਰ ਉਸ ਦੇ ਉੱਤੇ ਇਹਨਾਂ ਨੇ ਕੋਈ ਨਾ ਕੋਈ ਜ਼ਿਕਰ ਸੀ ਉਹਦਾ ਕਿਸੇ ਫੈਕਟ ਦੇ ਵਿੱਚ, ਨਾ ਕਿਸੇ FIR ਦੇ ਵਿੱਚ। ਇਸ ਕਰਕੇ ਮੈਂ ਕਿਹਾ ਸੀ ਕਿ ਉਹ ਅਟੈਂਪਟ ਟੂ ਮਰਡਰ ਦਾ ਚਾਰਜ ਬਣਦਾ, ਉਹਨੂੰ FIR ਕਰਕੇ ਇਨਵੈਸਟੀਗੇਟ ਕਰੋ, ਹੋ ਸਕਦੀ ਸੀ। ਠੀਕ, ਉਹ ਪਹਿਲੇ ਇੰਸੀਡੈਂਟ ਨਾਲ ਬਿਲਕੁਲ ਨਹੀਂ ਕਨੈਕਟਡ ਹੈਗੀ ਸੀ। ਠੀਕ ਹੈ, ਇੱਕ ਆਖਰੀ ਸਵਾਲ ਜਸਟਿਸ ਰਣਜੀਤ ਸਿੰਘ ਜੀ, ਇਹ ਸਵਾਲ ਤੁਹਾਨੂੰ ਤਕਲੀਫ ਵੀ ਦੇ ਸਕਦਾ,
क्योंकि जस्टिस सिस्टम कोई गल नहीं मैं तैयार हां तकलीफ लैण जुडिशियल सिस्टम ते बड़े सवाल उठते पे है जस्टिस रणजीत सिंह नूं कदे मौका मिलदा सियासत दे विच एंट्री करन दा जस्टिस रणजीत सिंह तैयार है बिल्कुल नहीं मेरा कोई इंटेंशन नहीं पॉलिटिक्स जान दा मैनूं कोई आके ऑफर करे मैं तां इत्थों तक कहणा मैनूं आके कहे ना कोई चीमन सुनाउणा तुहानूं मैं तां वी मन लई तैयार नहीं दैट इज नॉट माय जॉब मेरा ये बिल्कुल ना कोई इंटेंशन सी ना कभी अगे हैगी है ना कभी मैं मेरा कोई पोलिटिकल एंबिशन है मैं एक सिंपल जिहा सधारण बंदा मैं अपना सैल्फ मेड ते अपना अपने बलबूते ते हाईकोर्ट का जज बनिया सी मैं जो कुछ किया अपनी कार्रवाई की एज अ जज या जिहड़ी भी मेरी जिम्मेवारी लगी है मैं उन्हें उत्ते माण है ते मैं उत्ते बड़ा अपने आप नूं सैटिस्फाइड महसूस कर चलो बहुत धन्यवाद जस्टिस रणजीत सिंह तुसीं बड़े बेबाकी नाल जवाब दित्ते थैंक यू वेरी मच सत श्री अकाल सत श्री अकाल जी ये सन रिटायर्ड जस्टिस रणजीत सिंह जिन्हों तो असी बेअदबी कांड नाल जुड़े हुए हर सवाल का जवाब लैन की कोशिश की है अक्सर जो सवाल पूछे जाते हैं तो सिर्फ पोलिटिकल सवाल होंगे जी फाइंडिंग्स है उसके सवाल बड़े घट होंगे असी कोशिश की है कि कला कला सवाल उसका जवाब लिया जाए जस्टिस रणजीत सिंह कहते हैं उन्होंने राजनीति लिए कुछ नहीं किया गा उन्होंने इस अपना फर्ज समझिया तो उस बाबत इन्होंने सारी कार्रवाई की है किड़े सवाल आ जोड़े उन्होंने आपके जस्टिस सिस्टम से भी चुके है किड़े सवाल आ जोड़े वो सियासी सिस्टम से नहीं चुकते पे के यूँ सानू सब समझना पवेगा पर तकरीबन 6 साल बीतन तो बाद भी जे मामला इतने ही खड़ा है तो तुम सोच लो कि साडा सिस्टम साडा पोलीटिकल सिस्टम सानू की देना चाहता तो संगत की कचहरी के सवाल यह पे कि सूबा पंजाब के उत्ते इस पूरे मामले का असर की पवेगा आर्थिक तौर पर समाजिक तौर पर सियासी तौर पर ये तो सानू सबनों समझना पवेगा बहुत धन्यवाद।